नानक सिंह दा नॉवल गंगा जली विच शराब दा सतारवांग। मेरे अजीज़ मदन, तुहाडी चिट्ठी दा जवाब चिरका दे रहा, पर इस च मेरा कसूर नहीं। सेहत डिगदी डिगदी बिल्कुल थले लत गई है। जिंदगी दा दीवा टिमटिम आ रहा है, पता नहीं किस वेले बुझ जाए। कि मदन, तुसी मेरी खाश पूरी नहीं करोगे? दुनिया च मेरा अपना कहण नूं कोई नहीं, जे कोई है वी सी तां उहनूं गुआ चुका। ਤੁਹਾਡੇ ਵਿੱਚ ਹੀ ਕੁਝ ਅਪਣਤ ਦਾ ਭਾਗ ਲੱਭਾ ਸੀ ਅਤੇ ਇਹੋ ਆਸ ਲਾਈ ਬੈਠਾ ਸੀ ਕਿ ਤੁਹਾਡੇ ਆਉਣ 'ਤੇ ਇੱਕ ਵਾਰੀ ਤੁਹਾਨੂੰ ਸਾਰੇ ਦਿਲ ਨਾਲ ਆਪਣਾ ਕਹਿ ਕੇ ਇਹ ਸੱਦਰ ਪੂਰੀ ਕਰਾਂਗਾ। ਪਰ ਕਹਿ ਨਹੀਂ ਸਕਦਾ ਕਿ ਤੁਹਾਡੇ ਆਉਣ 'ਤੇ ਇੱਕ ਸਵਾਸਾਂ ਦੀ ਪੂੰਜੀ ਬਾਕੀ ਰਹੀ ਕਿ ਨਾ। ਤੁਸੀਂ ਇਸ ਵੇਲੇ ਦੁਖੀ ਹੋ, ਤੁਹਾਡਾ ਦੁੱਖ ਵੰਡਾ ਸਕਦਾ ਤਾਂ ਮੈਨੂੰ ਹੋਰ ਵੀ ਖੁਸ਼ੀ ਹੁੰਦੀ। ਤੁਸੀਂ ਆਓ ਅਤੇ ਆ ਕੇ ਮੇਰਾ ਅੰਤਿਮ ਸੁਨੇਹਾ ਲੈ ਜਾਓ। ਮਦਨ, ਜਿਸ ਤਰ੍ਹਾਂ ਵੀ ਹੋ ਸਕੇ ਇੱਕ ਵਾਰੀ ਜ਼ਰੂਰ ਆਓ। ਮੇਰਾ ਪੁੱਤਰ ਕੋਈ ਨਹੀਂ, ਇੱਕ ਵਾਰੀ ਮੈਨੂੰ ਪੁੱਤਰ ਆ ਕੇ ਬੁਲਾਉਣ ਲਈ ਤੁਸੀਂ ਕਦੀ ਮੇਰੇ ਸਾਹਮਣੇ ਮੌਜੂਦ ਹੋਵੋ, ਫਿਰ ਬੇਸ਼ੱਕ ਚਲੇ ਜਾਣਾ। ਮੈਂ ਜ਼ਿੰਦਗੀ 'ਚ ਕਦੀ ਕਿਸੇ ਨੂੰ ਪੁੱਤਰ ਕਹਿ ਕੇ ਨਹੀਂ ਬੁਲਾਇਆ। ਕੀ ਮੇਰੀ ਇਹ ਸਿੱਖ ਪੂਰੀ ਨਹੀਂ ਕਰੋਗੇ? ਅਤੇ ਮੁਮਕਿਨ ਹੈ ਮੈਂ ਤੁਹਾਡੀ ਮਾਨਸਿਕ ਹਾਲਤ ਵਿੱਚ ਕੁਝ ਅਮਨ ਲਿਆ ਸਕਾਂ, ਜੇ ਮੇਰੀ ਸ਼ਕਤੀ ਉਦੋਂ ਤੱਕ ਖਤਮ ਨਾ ਹੋ ਗਈ। ਮੈਂ ਇੱਕ ਗਰੀਬ ਲਿਖਾਰੀ ਹਾਂ ਮਦਨ, ਤੁਹਾਨੂੰ ਮੈਂ ਪੁੱਤਰ ਦੇ ਰੂਪ 'ਚ ਕਲਪਿਆ ਹੈ, ਪਰ ਮੇਰੇ ਕੋਲ ਕੋਈ ਵਿਰਾਸਤ ਨਹੀਂ ਜਿਹੜੀ ਤੁਹਾਡੇ ਲਈ ਛੱਡ ਰਿਹਾ ਹੋਵਾਂ। ਅਖ਼ਬਾਰ ਹੀ ਮੇਰੀ ਵਿਰਾਸਤ ਹੈ ਅਤੇ ਮੇਰੀਆਂ ਤਮੰਨਾਵਾਂ ਦਾ ਕੇਂਦਰ ਬਣੀ ਰਹੀ। ਆਪਣੀ ਜ਼ਿੰਦਗੀ ਦੇ 15 ਸਾਲ ਮੈਂ ਇਹਨੂੰ ਚਲਾਇਆ। ਦਿਲ, ਦਿਮਾਗ, ਸਿਹਤ ਅਤੇ ਵਕਤ, ਜੋ ਕੁਝ ਵੀ ਮੇਰੇ ਕੋਲ ਸੀ ਮੈਂ ਇਸ 'ਚ ਪਾ ਦਿੱਤਾ। ਅੱਜ ਮੇਰੇ ਕੋਲ ਕੁਝ ਵੀ ਬਾਕੀ ਨਹੀਂ ਜਿਹੜਾ ਤੁਹਾਡੇ ਲਈ ਛੱਡ ਰਿਹਾ ਹੋਵਾਂ। ਫਿਰ ਵੀ ਮੈਨੂੰ ਇੱਕ ਗੱਲ ਦੀ ਤਸੱਲੀ ਹੈ ਕਿ ਮੈਂ ਜਿੰਨਾ ਚਿਰ ਇਸ ਅਖ਼ਬਾਰ ਨੂੰ ਚਲਾਇਆ ਹੈ, ਦਿਆਨਤਦਾਰੀ ਦੇ ਸਾਬਤ ਕਦਮੀ ਨਾਲ, ਜਿਹਦੇ ਸਿਲੇ 'ਚ ਮੈਨੂੰ ਹਮੇਸ਼ਾ ਫਿਕਰ ਅਤੇ ਤੰਦਰੁਸਤੀ ਹੀ ਨਸੀਬ ਹੋਈ। ਮੇਰਾ ਖਿਆਲ ਹੈ ਸਾਡੇ ਦੇਸ਼ ਦੇ ਕਿਸੇ ਵੀ ਦਿਆਨਤਦਾਰ ਸੰਪਾਦਕ ਨੂੰ ਇਹ ਤੋਂ ਵੱਡਾ ਇਨਾਮ ਮਿਲ ਸਕਣਾ ਮੁਸ਼ਕਿਲ ਹੈ, ਜਿਸ ਕਰਕੇ ਮੈਨੂੰ ਇਹ ਗੱਲ ਕੋਈ ਅਣਹੋਣੀ ਨਹੀਂ ਮਾਲੂਮ ਹੁੰਦੀ। ਤੁਸੀਂ ਜੇ ਆਪਣੀ ਜ਼ਿੰਦਗੀ ਨੂੰ ਉਸਾਰੂ ਪਾਸੇ ਲਾਉਣ ਦੀਆਂ ਖਾਬਾਂ ਬਣਾਈ ਬੈਠੇ ਹੋ ਤਾਂ ਆਓ, ਤੁਹਾਡੇ ਲਈ ਮੌਕਾ ਹੈ। ਮੈਂ ਆਪਣਾ ਛੋਟਾ ਜਿਹਾ ਪ੍ਰੈਸ ਅਤੇ ਅਖ਼ਬਾਰ ਤੁਹਾਡੇ ਲਈ ਛੱਡ ਰਿਹਾ। ਜੇ ਤਾਂ ਤੁਸੀਂ ਮੇਰੇ ਜਿਉਂਦਿਆਂ ਇੱਥੇ ਪਹੁੰਚ ਪਏ ਤਾਂ ਇਸ ਬਾਬਤ ਹਦਾਇਤਾਂ ਤੁਹਾਨੂੰ ਜ਼ਬਾਨੀ ਵੀ ਦਿਆਂਗਾ। ਅਤੇ ਜੇ ਮੌਤ ਨੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੇਰੀ ਜ਼ਬਾਨ ਬੰਦ ਕਰ ਦਿੱਤੀ ਤਾਂ ਹੇਠ ਲਿਖੀਆਂ ਚੰਦ ਇੱਕ ਸਤਰਾਂ ਮੇਰੀ ਵਸੀਅਤ ਸਮਝ ਕੇ ਪੱਲੇ ਬੰਨ ਲੈਣੀਆਂ। ਇਹ ਅਖ਼ਬਾਰ ਮੈਂ ਜਾਰੀ ਕੀਤਾ ਸੀ ਦੋ ਨਿਸ਼ਾਨਿਆਂ ਨੂੰ ਸਾਹਮਣੇ ਰੱਖ ਕੇ, ਏਕਤਾ ਅਤੇ ਆਜ਼ਾਦੀ। ਪਰ ਮੈਂ ਆਪਣੇ ਕੰਮ 'ਚ ਬਹੁਤਾ ਸਫਲ ਨਹੀਂ ਹੋ ਸਕਿਆ। ਮੇਰੀ ਆਵਾਜ਼ ਕਮਜ਼ੋਰ ਸੀ ਅਤੇ ਦੇਸ਼ ਵਾਸੀਆਂ ਦੇ ਕੰਨ ਬੋਲੇ, ਜਿਸ ਕਰਕੇ ਮੇਰੀ ਸੱਦਰ ਪੂਰੀ ਨਹੀਂ ਹੋ ਸਕੀ ਕਿ ਮਰਨ ਤੋਂ ਪਹਿਲਾਂ ਦੇਸ਼ ਨੂੰ ਆਜ਼ਾਦ ਅਤੇ ਦੇਸ਼ ਵਾਸੀਆਂ ਨੂੰ ਆਪੋ 'ਚ ਬਗਲਗੀਰ ਵੇਖਦਾ। ਅੱਜ ਮੇਰਾ ਦੇਸ਼ ਜਿਨ੍ਹਾਂ ਹਾਲਾਤਾਂ 'ਚੋਂ ਲੰਘ ਰਿਹਾ, ਜਿਸ ਤਰ੍ਹਾਂ ਅੱਜ ਇੱਕ ਭਰਾ ਦੂਜੇ ਭਰਾ ਦੇ ਲਹੂ ਨਾਲ ਹੱਥ ਰੰਗ ਰਿਹਾ, ਜਿਸ ਤਰ੍ਹਾਂ ਅੰਗਰੇਜ਼ ਹਾਕਮ ਦਿਨੋਂ ਦਿਨ ਸਭ ਭਾਗੇ ਦੇਸ਼ ਦੀ ਗੁਲਾਮੀ ਨੂੰ ਮਜ਼ਬੂਤ ਕਰੀ ਜਾ ਰਿਹਾ, ਇਸ ਹਾਲਾਤ ਨੇ ਮੇਰੀ ਸੱਦਰ ਨੂੰ ਹੋਰ ਵੀ ਪਿੱਛੇ ਪਾ ਦਿੱਤਾ। ਸੋ ਮੇਰੇ ਬੇਟੇ, ਮੈਂ ਜਾਣਦਾ ਤੁਹਾਡੇ ਸੀਨੇ ਵਿੱਚ ਤੜਪ ਹੈ, ਤੁਹਾਡੀ ਕਲਮ 'ਚ ਤਾਕਤ ਹੈ। ਆਓ ਅਤੇ ਆਪਣੀ ਤੜਪ 40 ਕਰੋੜ ਸੀਨਿਆਂ 'ਚ ਵੰਡ ਦਿਓ। ਕਲਮ ਦੀ ਤਾਕਤ ਨਾਲ ਭਾਰਤ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਏਕਤਾ ਅਤੇ ਆਜ਼ਾਦੀ ਦਾ ਨਾਲ ਵਜਾ ਦਿਓ। ਛੋੜੋ ਮਦਨ ਇਹਨਾਂ ਮੁਹੱਬਤ ਪਿਆਰ ਦੇ ਝੇੜਿਆਂ ਨੂੰ ਅਤੇ ਮਰਦਾਨਾ ਵਾਂਗ ਮੈਦਾਨ 'ਚ ਨਿਤਰੋ। ਤੁਹਾਡੀ ਉਡੀਕ 'ਚ ਜ਼ਿੰਦਗੀ ਦੀ ਆਖਰੀ ਮੰਜ਼ਿਲ 'ਤੇ ਖੜੋਤਾ FC ਮਲਿਕ। ਇਹ ਚਿੱਠੀ ਮਦਨ ਨੂੰ ਸਕੂਲ 'ਚ ਮਿਲੀ ਜਦੋਂ ਦੂਜਾ ਪੀਰੀਅਡ ਪੜ੍ਹਾ ਕੇ ਤੀਜੇ ਦੀ ਤਿਆਰੀ 'ਚ ਸੀ। ਬਾਕੀ ਦੇ ਪੀਰੀਅਡ ਉਹਨੇ ਬੇਦਿਲੀ ਨਾਲ ਪੜ੍ਹਾਏ। ਇਸ ਉਡੀਕ 'ਚ ਜਦੋਂ ਛੁੱਟੀ ਦੀ ਘੰਟੀ ਵੱਜੇ ਤਾਂ ਉਹ ਹੈੱਡ ਮਾਸਟਰ ਨੂੰ ਇਹ ਚਿੱਠੀ ਵਿਖਾਲ ਕੇ ਅੱਜ ਹੀ ਸਕੂਲ ਨੂੰ ਅਲਵਿਦਾ ਕਹਿ ਦੇ ਤਾਂ ਜੋ ਸਵੇਰ ਦੀ ਗੱਡੀ ਉਹ ਦਿੱਲੀ ਲਈ ਰਵਾਨਾ ਹੋ ਸਕੇ। ਰਾਤੀ ਮਦਨ ਨੇ ਜੋ ਕੁਝ ਵੇਖਿਆ ਸੀ ਉਸ ਲਈ ਇੱਕ ਅਸਹਿ ਜ਼ਲਜ਼ਲਾ ਸਾਬਤ ਹੋਇਆ ਅਤੇ ਉਹ ਤੋਂ ਬਾਅਦ ਸਵੇਰ ਤੱਕ ਉਹਦੀਆਂ ਅੱਖਾਂ ਨੂੰ ਨੀਂਦਰ ਨਾ ਛੋਹ ਸਕੀ। ਉਰਵਸ਼ੀ ਕਿੰਨੀ ਨੀਚ ਹੈ, ਪ੍ਰਕਾਸ਼ ਕਿੰਨਾ ਮੀਸਣਾ ਹੈ, ਪ੍ਰਭਾ ਦੇਵੀ ਕਿੰਨੀ ਕਮੀਨੀ। ਮਾਲਾ ਦੇ ਮਣਕਿਆਂ ਵਾਂਗ ਤਿੰਨਾਂ ਬਾਬਤ ਅਨੇਕ ਤਰ੍ਹਾਂ ਦੇ ਵਿਦਰੋਹੀ ਖਿਆਲ ਆ ਕੇ ਉਹਨੂੰ ਡੰਗਦੇ ਰਹੇ। ਸਕੂਲ ਤਾਂ ਉਹਨੇ ਪਹੁੰਚਣਾ ਹੀ ਸੀ, ਕਲਾਸਾਂ ਵੀ ਪੜ੍ਹਾਉਣੀਆਂ ਸੀ, ਪਰ ਸਾਰੀ ਕਿਰਿਆ ਨੂੰ ਉਹ ਇਸ ਤਰ੍ਹਾਂ ਕਰਦਾ ਰਿਹਾ ਜਿਵੇਂ ਬਿਨਾਂ ਗਾਲੇ ਤੋਂ ਚੱਕੀ ਪੀ ਰਿਹਾ ਹੋਵੇ। ਐਡੀ ਭੈੜੀ ਹਾਲਤ 'ਚ ਮਦਨ ਨੇ ਆਪਣੇ ਆਪ ਨੂੰ ਕਦੀ ਨਹੀਂ ਸੀ ਵੇਖਿਆ। ਸਕੂਲ ਜਾ ਕੇ ਉਹਨੂੰ ਆਪਣੀ ਹਾਲਤ ਦਾ ਪੂਰਾ ਅਨੁਮਾਨ ਉਸ ਵੇਲੇ ਹੋਇਆ ਜਦੋਂ ਪ੍ਰਾਰਥਨਾ ਤੋਂ ਬਾਅਦ ਟੀਚਰਾਂ ਦੀ ਇੱਕ ਢਾਣੀ ਉਹਦੇ ਕੋਲੋਂ ਲੰਘੀ, ਜਿਨ੍ਹਾਂ 'ਚੋਂ ਇੱਕ ਨੇ ਉਹਦੇ ਪੈਰਾਂ ਵੱਲ ਤੱਕਦਿਆਂ ਕਿਹਾ, ਕਿਉਂ ਮਾਸਟਰ ਜੀ, ਇਹ ਬੂਟ ਪਾਉਣ ਦਾ ਨਵਾਂ ਤਰੀਕਾ ਕਦ ਤੋਂ ਇਜ਼ਾਦ ਕੀਤਾ ਜੀ? ਸੁੱਖ ਨਾਲ ਮਦਨ ਸ਼ਰਮ ਨਾਲ ਪਾਣੀਓ ਪਾਣੀ ਹੋ ਗਿਆ ਜਦ ਉਹਨੂੰ ਪਤਾ ਲੱਗਾ ਕਿ ਉਹਨੇ ਸੱਜਾ ਖੱਬੇ ਪੈਰ 'ਚ ਦੇ ਖੱਬਾ ਸੱਜੇ 'ਚ ਪਾਇਆ ਹੋਇਆ ਸੀ। ਮਾਸਟਰਾਂ ਦਾ ਟੋਲਾ ਖਿੱਲੀ ਉਡਾਉਂਦਾ ਲੰਘ ਗਿਆ ਅਤੇ ਉੱਧਰ ਮਦਨ ਲੱਗ ਪਿਆ ਦਿਲ 'ਚ ਆਪਣੇ ਆਪ 'ਤੇ ਲਾਹਨਤਾਂ ਪਾਉਣ ਕਿ ਮੇਰੀ ਬੁੱਧੀ ਇੰਨੀ ਭ੍ਰਸ਼ਟ ਹੋ ਗਈ ਹੈ
कि सचमुच मैं अकल होश नूं जवाब दे बैठा। इन्हां ही दिल ढाऊ ख्यालां च गोते खांदिआं उहने दो पीरियड पढ़ाए, जदों उहनूं पोस्टमैन दी शकल दिखाई दित्ती ते फिर चिट्ठी। चिट्ठी दा पढ़ना सी कि इक वारी फिर मदन जिहड़ा अपणीआं कमजोरियां दे अहसासां हेठां डूंघा डुब चुका सी उभरना शुरू होया। जब दूजी बार उन्हें चिट्ठी का मजमून पढ़िया तो उसकी रूह कमल वांग उतली सत्ता से आके हुलारे लै रही सी। कमजोरियां के बदल छन चुके से। छुट्टी की घंटी ही वह लफाफा हाथ च फड़ी हैडमास्टर के दफ्तर वल तुर पिया। उसका ख्याल सी कि ज्यादा ही चिट्ठी मेज से रख देगा। दफ्तर पहुँचदिया तीक मदन के अंदर जोड़ा उत्साह पैरों पैर वधा गया सी, हैडमास्टर से नज़र पैदा जिम्मे उड़ पुट गया। जिस दिन तो ब्रिज नूं मोड़ ले आया सी उदों तो हैडमास्टर दा रवैया उस नाल होर भी मिठा ते अपनत्त भरिया हो गया सी। खास करके उस दिन तो तां उह मदन नूं अपना बहुत ही नज़दीकी समझण लग पिया जद उर्वशी दी ट्यूशन शुरू हुई। पर अज जो कुछ मदन ने हैडमास्टर दे चेहरे तों डिठा उह तां उक्का ही पिछले दिनां दे वर्ताओ तों उल्ट सी। हैडमास्टर दीआं अक्खां च मानो खून उतर रिहा सी। जिउं ही मदन उहदा इशारा पा के कुर्सी ते बैठा, हैडमास्टर रोह ते गिले भरी आवाज़ च बोले, मास्टर जी मैनू तुहाडे उत्तों इह उम्मीद नहीं सी। क्यों मास्टर साहब? मदन ने घाबर के पुछिआ, की गल सी? हैडमास्टर ने जवाब देने च कोई देर लाती, शायद मदन नूं झाड़ पाउण लई उह सख्त शब्दां नूं अपने अंदरों टटोल रिहा सी। जरा कु रुक के बोले, मैं तुहानूं पहले दिनों ही नहीं सी कहता कि खैर जाण दिओ, इस च तुहाडे नालों मैं ही ज़्यादा कसूरवार हाँ। जिस ने तुहानूं समझण च गलती कर दी, शायद जिंदगी चे मेरी सब तो वड्डी गलती सी। जिम्मेवार ते गैर जिम्मेवार दी तमीज़ मैं ना कर सकिया, ये मेरा नाकाबले माफ़ी गुनाह है। घुरे च बैठा होया शेर जिस तरह अचानक तीर खा के बिफरद है, इसे तरह मदन ने गर्दन उठाई तलखी च बोलिया, माफ़ करना हैडमास्टर साहब, मैं तुहाडी गल नाल गल नहीं समझ सकिया कि तुहाडे ख्याल च मैं कोई गैर जिम्मेवारी वाला काम कीता है। हैडमास्टर तप के बोलिया, इहो तां सब तो वड्डी गैर जिम्मेवारी है कि राखा बन के खेत खाणा शुरू कर दिता जाए, किसी की बेड़ी का मलाह बन के अपने हथी उहनूं डुबण की कोशिश की जाए। पर इस विच तुसीं लोकां दा इन्ना कसूर नहीं जिन्ना तुहाडी गलत जहनीयत दा है। छोटे तबके के लोगों ना तो इन्नी अणख हुंदी है ना ही खुददारी। मैं जानदा इहो जिहियां कुड़ियां की शहर च कमी नहीं जिहड़ियां किसी ट्यूटर दीआं चिकनियां चोपड़ियां गल्लां तों मुतासर हो के उहदे मगर लग टुरदियां ने। पर मास्टर जी, जिस लड़की की पढ़ाई लई मैं तुहानूं नियुक्त कीता सी उहनां चों नहीं सी, ते इह गल मैं तुहानूं जतला दित्ती सी, पर अफसोस तुसीं उही कुछ कर दिखाया जिहदी मैनूं तुहाडे उत्तों उम्मीद नहीं सी। तुसीं अपने नाल मैनूं भी लै डुबे। मदन दे अंदर इक्को वारी स्वैमान की चंगियाड़ी मक के ठंडी हो गई। फिर भी अपने आप नूं इन्ना कसूरवार नहीं सी ख्याल करदा जिन्ना उन्होंने हैडमास्टर समझ रहा है, ना ही हैडमास्टर पासों इन्नी सख्ती की उम्मीद रखता से। उन्होंने जापिया जिमें कमरे हनेरा छा गया, येरा उन्होंने निकलता जाता है। पैरों तो लैके गोडिया तक उदिया लत्तों का थलवा हिस्सा सुन हो गया। संभल के बोलिया, मैं जानता मास्टर साहब तुम मेरा भरोसा किया, पर कि मैं पूछ सकता कि थोड़े भरोसे को ठेस लाने वाला मैं किहड़ा काम किया? जी हाँ, उसे तलखी च हैडमास्टर बोलिया, तुसी पूछ सकते हो तो मैं दस सकदा कि उर्वशी दे उस्ताद बनन तो पहला तुसी उन्हों आशकाना नज़रां नाल वेखन लग पए सो। तुसी उन्हों गीत लिख लिख के भेजे ते गीतां दे नाल खबरी होर की तुसी उस भोली भाली लड़की नाल अंदर खाने जो जो ऐद पैमाने किते इसका तो मैनू पता ही नहीं। पर यह सुन के मेरे दुख की कोई इंतहा नहीं रही कि उर्वशी नूं उहदी मां दे सामने जबान खोलनी तुसी सिखलाई। खुद प्रभा देवी जी दे लफज कि जिस दिन तो मास्टर मदन ने कुड़ी नूं पढ़ाउणा शुरू किया उर्वशी दे तौर तरीके बदल गए। कोई होर लड़की हुंदी तां मैनूं की सी, दुनिया पापां पुन्नां नाल भरी पई है। पर जिस लड़की लई तुहानूं नियत करन वेले मैं सारियां जिम्मेवारियां अपने सिर लै लईआं, तुसीं दसो हुण उहनां लोकां नूं मैं मूंह दिखाउण जोगा रहि गया? मैनूं अफसोस है मास्टर साहब, मदन ने डूंघे पछतावे चुकिया कि मेरे करके तुहानूं इन्नी तकलीफ हुई। पर इन्ना जरूर कहांगा कि इस मामले नूं बड़े गलत तरीके नाल तुहाडे तक पहुँचाया गया। मैं ना किसी नाल ऐद पैमाने किते ने, ना किसी नूं जबान दराजी सिखाई है। अलबत्ता मैं इस गलों मुकरदा नहीं कि जज्बाती तौर पर मैं जरूर थोड़ा बहुत उर्वशी वल खिंचया गया सी, जिहदा मैनूं अफसोस है। मदन की इस सफाई का हैडमास्टर उत्ते कुछ भी असर नहीं होया। उहदे चेहरे का रंग तांबे वांग भखिया रहा। इस भखदे तांबे जी खोर टुनकार निकली, तुसीं अपना कसूर मनते हुए भी मास्टर जी उस तरह की सफाई पेश करना चाहते हो जिमें कोई कहे कि मैं पानी तो नहीं पीता, सिर्फ प्यास बुझाई है।
जज्बाती तौर पर किसी लड़की वाल मुतवजा होना उसके माने मेरी समझ तो इस तो ज़्यादा कुछ नहीं कि अपनी रगबत का जाल बिछा के किसी लड़की नूं गुमराह किया जाए। मास्टर साहब, मदन के अंदर फैलती जा रही शिथलता च एक बार फिर गर्मी आ गई। मैं किसी नूं गुमराह नहीं किया, ये इल्जाम ला के तुसी मेरे नाल बेइंसाफी कर रहे हो। शायद इसलिए कि मैं तुहाडे सामने एक अदना जिहा टीचर जे टीचर की हैसीयत मौजूद हाँ। तुसी जे चाहो तो इस तो भी ज़्यादा मेरा अपमान कर सकते हो। कहिंदा कहिंदा मदन कुर्सी तो उठ के तुर पिया। ना तो उन्हें पिछा परत के देखिया, ना ही हैडमास्टर ने उन्हें जाने तो रोकिया। हाथ च फड़िया लिफाफा उन्हें जेब च पा लिया। बाहर आके उन्हें ब्रिज नूं सद्या, जिहड़ा स्पैशल क्लास अजे तक पढ़ रहा सी। उन्हें कहन लगा, ब्रिज अज मैं तुहाडे घर आ रहा सी। ब्रिज ने गिला किया, तुसी मास्टर जी रोज़ ही कह छड़दे हो। माँ जी मैनूं गुस्से हुंदे रहिंदे, कहिंदे ने तू झूठ मूठ आख देना। तम तमां दे चेहरे ते धिंगो जरी मुस्कुराहट लिया के मदन बोलिया, मैं कुछ जरूरी कम्मां करके नहीं आ सकिया, अज जरूर आ जाऊंगा। तू ऐं करी, लै मैं तैनू एक रुका लिख देना, यह तू लै जाई, एक जां दो मजदूरां पासों समान चुकवा लै जाई, नाले यह लै कमरे की चाबी। रुका किनू देना है? ब्रिज ने खुश होकर पूछा। बीबी प्रभा देवी नू। चंगा लिख दे रुका। मदन ने पेंसिल कागज़ कढ़ के लिखता, बीबी जी कृपा करके मेरा समान चुकवा देना, धन्यवादी होवांगा मदन। रुका लैने ब्रिज क्लास नू विच ही छड़ के बाहर दौड़ गया। अंग 18। मथुरा देवी एक शाहूकार की विधवा है जिदे जीवन की रास पूंजी इस वेले दो ही चीज़ा हैं, ब्रिज ते जां एक दो मंजिला मकान। कदी कोई जमाना सी जद पंडित छोरी लाल का नाम इस शहर में काफ़ी उगा सी। वंज व्यापार विचों उन्हें बथेरा धन कमाया सी। संतान वालों भी भाग ने उस नाल कंजूसी नहीं सी कीती। उपरों थले दो पुत्र दो धियां उहदे घर होईआं, पर चौं संताना विचों केवल एक ही मौत ने उस कोल रहण दित्ती। सब तो छोटा लड़का बिरज होनी दे तरकश विच एक होर तीर बाकी सी जिहड़ा उहने बिरज दे जन्म तो 6 महीने बाद चिल्ले चढ़ाया। इस फुलवाड़ी दे माली नूं वी ढा गई, बाकी रह गई एक नन्ही जी कली। ब्रिज ते एक दुखां खादी जिंद मथुरा देवी। पंडित होरां दे अखां मीटन दी ढिल सी कि सारा ऐश्वर्य फू फां हो गया। मथुरा देवी पास 6 एकड़ दी बाकी एक मकान रह गया ते जां अपने विआह वेले दीआं 4 टूंबां। मकान दे थले 3 छोटियां छोटियां दुकानां 20-20 रुपए किराए ते चढ़ियां सी। उतला हिस्सा उहने अपने कोल रख्या सी। पती ते 3 संतानां दी जुदाई दे जख्म खाण तो बाद ही मथुरा देवी ने अपने दिल नूं बेहरकत नहीं होण दित्ता, क्योंकि उहदी अखां दा चानण अजे है सी इहो ब्रिज। सो इसे चानण की मदद नाल उह जिंदगी की बाकी मंजिल तय कर रही है। पेंडू ते अनपढ़ होण ते भी मथुरा देवी एक खुले दिल ते मजबूत ख्यालां वाली धीवी है। अपने दिल की पीड़ लुकाण ते दूसरे नूं मिटाउण दा उस च खास गुण है। शायद इसे दा फल है कि उमर 40 दे लगभग होण ते भी अजे उहदे अंगां उत्ते जिउंदे जीवन दीआं निशानियां मौजूद हन। इहो जे थोड़े होए मापिआं दे पुत्तर अक्सर मूंह जोर ते जिद्दी हुंदे हन, ब्रिज वी उहनां चों है। माँ उहनूं लगदी वा किसे गल्लों मोड़दी हटकदी नहीं, जो कुछ उह बत्तियां दंदां चों कढ़े पूरा करन दी कोशिश करदी है। पर पिछले साल तों ब्रिज दीआं आदतां माँ लई कुछ ज़्यादा ही परेशान करन वालियां हो गईआं। उहदी संगत अजिहे मुंडिआं नाल हो गई जिन्हां तों मथुरा देवी नूं हर वेले धुड़कू लगा रहिंदा सी। पढ़ाई की कमजोरी दूर करने लई तां उन्हें ब्रिज नूं ट्यूशन लवाती, पर बाकी आदतां दा की करे। इसे चिंता चों दिन रात घुलण लगी। फिर दुख ऐसा सी कि किसी नूं दस्सिया भी नहीं सी बणदा। अखीर जदों दा दिल छल के पिया तां एक दिन गल्लां ही गल्लां चों टीचर दे सामने एक दिन रो पई मदन दे सामने। मदन ने उहदे अथरुआं चों उहदे दिल की वेदना पढ़ ली ते उहनूं धीरज दिंदिआं दस्सिआ कहा कि ब्रिज नूं सुधारन की जिम्मेवारी उन्हें अपने सिर लै ली। इस तो बाद ब्रिज की जिंदगी पलटन लगी। वह जिन्ना मोड़ हुंदा सी उन्ना ही आग्ञाकार बन गया। माँ का रोम रोम मदन नूं असीसां देन लगा। पर एक दिन जब अचानक ही मदन नूं पता लगा कि ब्रिज अपनी माँ का गहना लैके घरों निकल गया तो उहदे सोतर सुक गए। भज्जिया भज्जिया मथुरा देवी पास पहुँचिया जिन्हों गशां पै रही सी। आंढ गुआंढ दीआं तीवियां ते कुछ मर्द इस मामले नूं पुलिस च देण दी तैयारी च सन। होश आउण ते जद मथुरा देवी ने मदन नूं वेख्या तां उहने सारे तीवियां मर्दां नूं बोलणों बंद करता, डड्या के मदन उत्ते आ टठी। मास्टर जी, उह तुहाडा मुड़िआ भावें मुड़े, जे मेरी जान लोड़दे हो तां मेरे बिरज नूं ढूंढ लियाओ। मैनूं गहिणे दी कोई परवाह नहीं, मेरा बाकी रहिंदा वी सब कुछ लै लवे, पर बिरज नूं इक वारी लिया दिओ। ते उत्तर विच मदन ने उहनूं जो कुछ कहा उह थोड़ा होण ते भी मथुरा देवी दी रूह लई अमृत साबित होया।
उन्हें मथुरा देवी ने सिर्फ इन्ना ही कहा कि मैं उन्होंने लभन लिए जा रहा तो जब तक वह लभ नहीं पैंदा तद तक उस थान मैं पूरिया करांगा। उस दिन मदन सफर लिए रवाना हो गया। थोड़े दिन बाद जदों मुड़िया तो बिरजो दे नाल सी। मथुरा देवी ने जब दोवां नूं इकट्ठियां घर च दाखिल हुंदियां तकिया तो उन्हें पहला मदन नूं जफ्फी च लैके चुमिया मगरों ब्रिज नूं। जिहड़े शब्दां दा सब तो पहला उहदी जबानों निकले उह सी मदन अज तो तू मेरा वड्डा पुत्तर ते बिरज छोटा। वह दिन जा ते इह दिन आ मुड़ के बिरज ने कदी किसी नूं किसी ने मच्छर दियां जां वधीकी करदियां नहीं तकिया। हुण वी जदों कदे बिरज दियां वडियाइयां दा जिक्र चलदा है तां मथुरा देवी इहो क्या करदी है कि मैं तां इहनूं गुआई चुकी सी, इह तां मैनूं रब ने मोड़िया है ते जां मदन ने। मथुरा देवी ने मदन पास कई बार खाश प्रगट कीती कि उहदे घर च आ रही, पर मदन ने उस पासे बहुता ध्यान नहीं सी दित्ता। उहनूं एकांत नाल प्रेम सी। अचानक ही एक दिन जद माँ ने बिरज पासों सुणिया कि मास्टर होरी साडे घर आ के रहणगे तां मथुरा देवी नूं जिवें चन्न चढ़ गया। उस घड़ी उन्हें मदन लई एक कमरा खाली करता तो उस विच जिहड़ी कोई माड़ी मोटी मरम्मत आदि होने वाली सी कर करा के टिचन कर छड़िया, पर मदन नहीं आया। कई कई दिन उन्होंने उड़ीकदिया मथुरा देवी ने गुजार दिते। बिरज जदों भी स्कूलों आता पहला सवाल उसते करती, बिरज तेरे मास्टर जी क्यों नहीं आए? तो अगो उत्तर दिता, कहें सी अजकल इम्तिहान नेड़े होने करके काम का जोर है, बस आने ही वाले है। तो अज जद अचानक ही मथुरा देवी ने मदन अपन बरूह वेख्या तो हक्की बक्की रह गई। मदन की आख ते इस तरह गुमसुम होना की आख, उबड़वाई उस वल उलर दी बोली, मदन मां जी कहिंदिया मदन दे अथरू डुल पए। मथुरा देवी दा दिल जिवें फड़क फड़क के निकलण नूं कर रहा सी। उहने मदन नूं बाहों फड़ के हिलाउंदिया गया, क्यों मदन इस तरह क्यों है? मां जी, मदन न्याणे बाल वांग उहदी छाती नाल सिर जोड़ के उसे तरह अथरूआं दे सैलाब च बोलिया, मैनूं प्यार करो मां जी, मैं अज। मथुरा देवी ने उन्हों होर कुट लिया, मेरा लाल मेरा चन्न, क्यों इस तरह रोना सी, दस की गल? कोई खास गल तो नहीं मां जी, मदन अपने आप नूं ठीक करदा बोलिया, अज दिल सख्त उदास सी मां जी, दिल करदा सी कोई मैनूं प्यार करे, मैनूं बहुत मुद्दत तो प्यार नहीं मिलिया मां जी, जिस करके दिल च खोज ही पै रही है, मैनूं तुहाडे बगैर कोई थां नहीं लब्भा जिथे मेरी ये भुख मिट सके। मैं अज मथुरा देवी दे हाथ इस वेले जिस पिंडे ते फिर रहे सी, उहदे होंठ जिस मत्थे नूं चुम रहे सी ते जिस उत्ते अज उहदियां अखां विचों अथरू डिग रहे सी, एक ओपरा नौजवान हुंदा होया वी उहनूं पेटों जमी संतान जाप रिहा सी। उह मदन नूं अनजाणे बच्चे वांग चुम ते प्यार रही सी। मदन दा दिल हौला हो चुका सी, होर वी हौला होण लई उह इस धर्म मां पास पिछले दिनां दीआं होईआं बीतीआं सुणा रिहा सी कि इस वेले बिरज अंदर आउंदा उहनूं दिखाई दित्ता। क्यों बिरज? मदन ने उन्हों खाली वेख के कुछ निमो झूणा होकर पुछया, समान नहीं लिया तू जी? वह कुड़ी नहीं सी चुकन देंदी, बिरज ने शिकायती च कहा। उहदी मां तां मिली नहीं, कुड़ी नूं मैं तुहाडी चिट्ठी दे दित्ती, वह पढ़ के आखन लगी इत्थे कोई नहीं किसी का समान सुना। उन्हें पूछया होर की कहिंदी सी? जी कुछ नहीं, इहो पूछया सी उन्हें जो कित्थे लै जाणा ही समान। मैं क्या चार नंबर गली च पंडित छुरी लाल दे मकान ते। मदन ने फिर पूछया, अच्छा फिर उन्हें तेनू की क्या? वह आखन लगी इतने कोई नहीं किसी का समान। मदन नू शक पिया मते उर्वशी दे थां कोई होर कुड़ी उन्हों मिली होवे। उस पूछया, अच्छा ब्रिज किहो जी सी वह कुड़ी, किड्डी कु सी? गोरी जी, पतली, लम्बियां दो गुत्तां सी उहदियां, रेशमी कपड़े पाए सी उन्हें, तां बस उही सी, कह के गुम जिहा हो गया मदन। मथुरा देवी नू जद गल दा पता लगा तो बोली, चलो वेखी जाएगी इत्थे जो कुछ इस घर च है वह किहदा आपे आ जाएगा सबाब। तो उन्हें बिरज नूं कहा, जा काका भरा जी नूं कमरा खोल देती। उह दोवें तुर उठे। दोवां दे मगर मथुरा देवी भी आ पहुंची। कमरा सब लोड़ीदियां चीज़ां नाल लैस सी, किसी चीज़ की अणहोंद उत्थे मदन नूं नहीं सी जापदी। मथुरा देवी बोली, अजे कुछ दिन औखा सौखा होकर गुजारा कर लै मदन, छेती मैं तैनूं वड्डा कमरा वेला करवा देंगी, अजे उस वाधू निकल सुकड़ भरिया पिया। नहीं मां जी, मदन बोलिया, मेरे लिए तो इदों अद्ध थां भी काफ़ी सी, हाले तो मैं दिल्ली जा रहा। फिर वेखी दिल्ली? उहदी गल टो के मथुरा देवी बोली, कदों? कल सवेरे हैं। हाँ, एक जरूरी काम पै गया। तो कदों मुड़ेगा? जल्दी कोशिश करेंगे। मथुरा देवी का स्वाद इन्नी गल सुन के अद्धा रह गया। अंग 19 मथुरा देवी दे घर पहुँच के मदन नूं कुछ ना कुछ चैन का सह आया। अपने अंदर उन्हूं थोड़ा बहुत ठरम महसूस होया, जिवें किसी ने उन्हूं तत्ती रेत चुक के किसी सर सबज़ दरख्त की छावें बिठाता हो।
ਰਾਤ ਦੇ 10 ਵੱਜ ਚੁੱਕੇ ਸਨ। ਰੋਟੀ ਖਾਣ ਤੋਂ ਬਾਅਦ ਉਹ ਆਪਣੇ ਕਮਰੇ 'ਚ ਟੇਬਲ ਲੈਂਪ ਦਾ ਸਵਿੱਚ ਦਬਾ ਕੇ ਮੇਜ਼ ਅੱਗੇ ਬੈਠ ਗਿਆ। ਇਸ ਵੇਲੇ ਉਹਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਸੀ ਦਿੱਲੀ ਪਹੁੰਚਣ ਦਾ। ਪਰ ਇਮਤਿਹਾਨਾਂ ਦਾ ਝਗੜਾ ਤਾਂ ਅਜੇ ਜਿਉਂ ਹੀ ਤਿਉਂ ਸਿਰ 'ਤੇ ਖੜਾ ਸੀ। ਜਿਸ ਕੋਲ 5 ਦਿਨ ਬਾਕੀ ਸੀ, ਫਿਰ ਵੀ ਉਹਨੂੰ ਯਕੀਨ ਸੀ ਜਿਸ ਮਿਹਨਤ ਨਾਲ ਉਹ ਮੁੰਡਿਆਂ ਨੂੰ ਪੜ੍ਹਾ ਚੁੱਕਿਆ ਹੈ, ਹੁਣ ਜੇ ਉਹ ਚਲਾ ਵੀ ਜਾਏ ਤਾਂ ਉਹਨਾਂ ਦੇ ਪਾਸ ਹੋਣ ਕੋਈ ਸ਼ੱਕ ਬਾਕੀ ਨਹੀਂ। ਲੋੜ ਸੀ ਤਾਂ ਕੇਵਲ ਗੱਲ ਦੀ ਕਿ ਪਰਚੇ ਕਰਨ ਬਾਰੇ ਉਹਨਾਂ ਨੂੰ ਕੁਝ ਨੁਕਤੇ ਦੱਸੇ ਜਾਣ, ਨਾਲੇ ਇਤਲਾਹ ਦੇਣੀ ਵੀ ਤਾਂ ਜ਼ਰੂਰੀ ਸੀ, ਭਾਵੇਂ ਕਿ ਉਹਨੇ ਅਸਤੀਫਾ ਦੇ ਦਿੱਤਾ ਹੋਇਆ। ਉਹਨੇ ਇਹੋ ਸਲਾਹ ਪੱਕੀ ਕਰ ਲਈ ਕਿ ਕੱਲ੍ਹ ਦਾ ਦਿਨ ਇੱਥੇ ਰਹਿ ਕੇ ਸਾਰੇ ਕੰਮ ਮੁਕਾ ਲਏ ਜਾਣ ਅਤੇ ਕੱਲ੍ਹ ਸ਼ਾਮੀ ਜਾਂ ਪਰਸੋਂ ਸਵੇਰੇ ਦਿੱਲੀ ਰਵਾਨਾ ਹੋਇਆ ਜਾਏ। ਫਿਰ ਇੱਕ ਹੋਰ ਖਿਆਲ ਨੇ ਉਹਨੂੰ ਚਿੰਤਾਤੁਰ ਕਰ ਦਿੱਤਾ, ਸਮਾਨ ਦਾ ਕੀ ਬਣੇਗਾ ਜਿਹਨੂੰ ਦੇਣ ਤੋਂ ਉਰਵਸ਼ੀ ਨੇ ਇਨਕਾਰ ਕਰ ਦਿੱਤਾ ਹੈ। ਕੱਪੜਾ ਲੱਤਾ, ਥੋੜ੍ਹਾ ਬਹੁਤ ਪੈਸਾ ਟੱਕਾ ਤਾਂ ਉੱਥੇ ਹੀ ਪਿਆ, ਉਹ ਤੋਂ ਬਗੈਰ ਕਿਸ ਤਰ੍ਹਾਂ ਜਾਇਆ ਜਾ ਸਕੇਗਾ। ਆਪ ਜਾ ਕੇ ਲੈ ਆਵਾਂਗਾ ਛੇਕੜੇ, ਇਹੋ ਸੋਚ ਕੇ ਉਹਨੇ ਚਿੰਤਾ ਤੋਂ ਪਿੱਛਾ ਛੁਡਾਇਆ ਅਤੇ ਮਲਕ ਜੀ ਵੱਲੋਂ ਆਈ ਹੋਈ ਅੱਜ ਦੀ ਚਿੱਠੀ ਅਤੇ ਉਸ ਤੋਂ ਪਹਿਲਾਂ ਵਾਲੀ ਵੀ ਇਹ ਦੋਵੇਂ ਜੇਬ 'ਚੋਂ ਕੱਢ ਕੇ ਉਹਨੇ ਇੱਕ ਵਾਰੀ ਫਿਰ ਪੜ੍ਹੀਆਂ ਅਤੇ ਪੜ੍ਹ ਕੇ ਉਹਨੇ ਜਵਾਬ ਲਿਖਣਾ ਸ਼ੁਰੂ ਕੀਤਾ। ਪੂਜੇ ਗੁਰੂ ਦੇਵ, ਤੁਹਾਡੀ ਚਿੱਠੀ ਪੜ੍ਹ ਕੇ ਇੱਥੇ ਇੱਕ ਪਲ ਲਈ ਟਿਕਣਾ ਮੇਰੇ ਲਈ ਔਖਾ ਹੋ ਗਿਆ, ਕੇਵਲ ਕੱਲ੍ਹ ਦੀ ਦਿਹਾੜੀ ਹੋਰ ਰਹਿਣਾ ਪੈ ਰਿਹਾ, ਪਰ ਇਹ ਵੀ ਮੈਨੂੰ ਬਹੁਤ ਭਾਰੀ ਮਾਲੂਮ ਹੁੰਦਾ। ਯਕੀਨ ਰੱਖੋ ਇਸ ਚਿੱਠੀ ਦੇ ਪਹੁੰਚਣ ਤੋਂ ਇੱਕ ਅੱਧ ਦਿਨ ਬਾਅਦ ਤੁਹਾਡੇ ਚਰਨਾਂ 'ਚ ਹਾਜ਼ਰ ਹੋ ਜਾਵਾਂਗਾ। ਪਰਮਾਤਮਾ ਪਾਸ ਮੇਰੀ ਇਹੋ ਪ੍ਰਾਰਥਨਾ ਹੈ ਕਿ ਮੇਰੇ ਗੁਰਦੇਵ ਨੂੰ ਸਿਹਤ ਯਾਬ ਕਰੇ। ਗੁਰਦੇਵ, ਅਪਮਾਨ ਦੀਆਂ ਠੋਕਰਾਂ ਖਾ ਖਾ ਕੇ ਅੱਜ ਮੇਰਾ ਦਿਲ ਜ਼ਖਮਾਂ ਨਾਲ ਭਰਿਆ ਪਿਆ। ਕੇਵਲ ਇੱਕ ਧਰਮ ਮਾਤਾ ਦੀ ਪਨਾਹ ਨੇ ਕੁਝ ਸ਼ਾਂਤੀ ਦਿੱਤੀ ਹੈ, ਪਰ ਅਜੇ ਵੀ ਅੰਦਰ ਦੀਆਂ ਕਸਕਾਂ ਪੂਰੀ ਤਰ੍ਹਾਂ ਨਹੀਂ ਮਿਟੀਆਂ ਅਤੇ ਤਦ ਤੱਕ ਮਿਟਣਗੀਆਂ ਹੀ ਨਹੀਂ ਜਦ ਤੱਕ ਮੈਂ ਆਪਣੇ ਗੁਰਦੇਵ ਦੀ ਸ਼ਰਨ 'ਚ ਨਹੀਂ ਆ ਪਹੁੰਚਦਾ। ਇਸ ਵੇਲੇ ਦਿਲ ਬਹੁਤ ਭਰਿਆ ਹੋਇਆ ਅਤੇ ਗੁਰਦੇਵ ਜਿਹੜਾ ਇਹਨਾਂ ਕਾਗਜ਼ਾਂ ਉੱਤੇ ਨਹੀਂ ਉਲੱਦਿਆ ਜਾ ਸਕਦਾ, ਇਹਦੇ ਉਲੱਦਣ ਲਈ ਮੇਰੇ ਗੁਰਦੇਵ ਦੇ ਪਾਵਨ ਚਰਨ ਹਨ। ਇਸ ਲਈ ਬਸ ਕਰਦਾ ਤੁਹਾਡੇ ਆਸ਼ੀਰਵਾਦ ਦਾ ਇੱਛਕ ਮਦਨ। ਚਿੱਠੀ ਲਿਖ ਕੇ ਮਦਨ ਨੇ ਇੱਕ ਵਾਰੀ ਪੜ੍ਹੀ, ਫਿਰ ਮੇਜ਼ 'ਤੇ ਰੱਖ ਦਿੱਤੀ। ਉਹਦੇ ਅੰਦਰੋਂ ਇੱਕ ਸਵਾਲ ਉੱਠਿਆ ਕਿ ਸੱਚਮੁੱਚ ਮੈਂ ਇਹਨੂੰ ਛੱਡ ਰਿਹਾ ਕਿ ਮੁੜ ਕੇ ਕਦੀ ਵੀ ਮੇਰੇ ਪੈਰ ਇਸ ਧਰਤੀ 'ਤੇ ਨਹੀਂ ਛੋਹ ਸਕਣਗੇ ਅਤੇ ਕੀ ਉਰਵਸ਼ੀ ਨੇ ਹਮੇਸ਼ਾ ਲਈ। ਉਰਵਸ਼ੀ ਦਾ ਨਾਂ ਆਉਂਦਿਆਂ ਹੀ ਮਦਨ ਨੂੰ ਬਾਕੀ ਸਭ ਕੁਝ ਭੁੱਲ ਗਿਆ। ਉਰਵਸ਼ੀ ਵਿੱਚ ਇੱਕ ਵਾਰੀ ਫਿਰ ਗੁਆਚ ਗਿਆ ਅਤੇ ਉੱਚਰ 'ਤੇ ਗੁਆਚਾ ਰਿਹਾ ਜਦ ਤੱਕ ਉਹਨੇ ਇੱਕ ਹੋਰ ਚਿੱਠੀ ਲਿਖਣੀ ਸ਼ੁਰੂ ਨਹੀਂ ਕਰ ਦਿੱਤੀ। ਉਸੇ ਗੁਆਚੀ ਹੋਈ ਹਾਲਤ ਵਿੱਚ, ਉਰਵਸ਼ੀ, ਕੀ ਤੂੰ ਮੇਰੇ ਲਈ ਹਮੇਸ਼ਾ ਬੁਝਾਰਤ ਹੀ ਬਣੀ ਰਹੇਂਗੀ? ਕੀ ਕਦੀ ਵੀ ਤੇਰੇ ਦਿਲ ਤੋਂ ਭੇਦਾਂ ਦਾ ਪਰਦਾ ਚੁੱਕ ਨਹੀਂ ਸਕਾਂਗਾ? ਅਪਹੁੰਚ ਪਰਛਾਵੇਂ, ਕੀ ਆਖਰੀ ਦਮ ਤੱਕ ਤੈਨੂੰ ਫੜਨ ਲਈ ਮੇਰੀਆਂ ਬਾਹਾਂ ਫੈਲੀਆਂ ਰਹਿਣਗੀਆਂ? ਕਾਸ਼ ਤੂੰ ਮੈਨੂੰ ਕਦੀ ਸਮਝ ਸਕਦੀ ਹੋ। ਉਹ ਮੇਰੀ ਆਸ਼ਾ ਦੀ ਆਖਰੀ ਕਿਰਨ, ਇੱਕ ਵਾਰ ਇਸ ਸੁੰਨੇ ਜੀਵਨ ਇਸ ਕਾਲੀ ਰਾਤ ਵਿੱਚ ਉੱਜੀ। ਉਹਦੀ ਲਿਖਤ ਦਾ ਮੁਕੰਮਲ ਨਾਮੁਕੰਮਲ ਹੀ ਰਹਿ ਗਈ ਜਦ ਪਿਛਲੇ ਪਾਸਿਓਂ ਇੱਕ ਗੋਰੀ ਪਤਲੀ ਕਲਾਈ ਅਗਾਂਹ ਵਧੀ ਅਤੇ ਕੇਵਲ ਪੰਖੜੀਆਂ ਵਰਗੀਆਂ ਉਂਗਲਾਂ ਨੇ ਚਿੱਠੀ ਉਹਦੇ ਅੱਗੋਂ ਚੁੱਕ ਲਈ। ਮਦਰ ਨੇ ਪਿਛਾਂਹ ਤੱਕਿਆ, ਤੱਕਦਿਆਂ ਝਪਟਾ ਮਾਰ ਕੇ ਉਹਨੇ ਉਰਵਸ਼ੀ ਦੇ ਹੱਥ 'ਚੋਂ ਚਿੱਠੀ ਖੋਹ ਲਈ ਅਤੇ ਖੋਹਦਿਆਂ ਹੀ ਪਾੜ ਕੇ ਫਿੱਤੀ ਫਿੱਤੀ ਕਰਦੀ। ਉਰਵਸ਼ੀ ਇੱਛਰ ਤੀਕ ਨਾਲ ਲੱਗਦੀ ਕੁਰਸੀ 'ਤੇ ਬੈਠ ਚੁੱਕੀ ਸੀ। ਮਦਰ ਨੇ ਦੁਬਾਰਾ ਉਰਵਸ਼ੀ ਵੱਲ ਤੱਕਿਆ, ਤੱਕਦਾ ਹੀ ਰਹਿ ਗਿਆ। ਉਹਨੂੰ ਚਿੱਠੀ ਖੋਹਣ ਵਾਲੀ ਗੁਸਤਾਖੀ ਭੁੱਲ ਗਈ। ਚਿੱਠੀ 'ਚ ਲਿਖਿਆ ਹੋਇਆ ਮਜ਼ਮੂਨ ਵੀ ਇੱਕ ਪਲ ਲਈ ਅਤੇ ਉਹਨੂੰ ਸੋਚਣਾ ਪਿਆ ਕਿ ਕੀ ਇਹ ਉਹੀ ਉਰਵਸ਼ੀ ਹੈ? ਕਿੱਥੇ ਫੈਸ਼ਨਾਂ ਦੀ ਮੀਨਾਕਾਰੀ ਨਾਲ ਤਿੱਤਲੀ ਬਣੀ ਰਹਿਣ ਵਾਲੀ ਅਤੇ ਅੱਜ ਉਹ ਮਦਨ ਦੀਆਂ ਖਾਬਾਂ ਅਤੇ ਸਧਰਾਂ ਦਾ ਸਾਰਾ ਮਸਾਲਾ ਇਕੱਠਾ ਕਰਕੇ ਕੁਦਰਤ ਦੇ ਮੂਰਤੀਕਾਰ ਨੇ ਮੂਰਤ ਘੜ ਦਿੱਤੀ ਹੋਵੇ। ਚਿੱਟੇ ਖੱਦਰ ਦੀ ਕਮੀਜ਼, ਸਲਵਾਰ ਅਤੇ ਦੇਸੀ ਮਲਮਲ ਦੇ ਨੀਮ, ਫਿਰੋਜ਼ੀ ਰੰਗੇ ਦੁਪੱਟੇ ਵਿੱਚ ਉਰਵਸ਼ੀ ਦਾ ਰੂਪ ਜਿਵੇਂ ਪੁਨਰ ਜਨਮ ਧਾਰ ਕੇ ਅਥਵਾ ਕਾਇਆ ਕਲਪ ਹੋ ਕੇ ਮਦਨ ਦੇ ਸਾਹਮਣੇ ਜਗਮਗਾ ਰਿਹਾ ਸੀ। ਕੁਦਰਤੀ ਸਿਆਹੀ ਅਤੇ ਲਾਲੀ ਨੇ ਇਹਨਾਂ ਦੋਹਾਂ ਨੂੰ ਇੰਨੀਆਂ ਮਨਮੁਗਧਕਾਰੀ ਬਣਾ ਦਿੱਤਾ ਜਿਵੇਂ ਅੱਜ ਤੋਂ ਪਹਿਲਾਂ ਇਹਨਾਂ ਨੂੰ ਮਾਦਕ ਰੰਗੀਨੀਆਂ ਹੀ ਢੱਕੀ ਰੱਖਿਆ ਹੋਵੇ। ਅਤੇ ਜਿਹੜੀ ਸਭ ਤੋਂ ਅਚੰਭੇ ਵੱਲ ਲੈ ਜਾਣ ਵਾਲੀ ਚੀਜ਼ ਮਦਨ ਨੇ ਅੱਜ ਵੇਖੀ, ਇਹ ਸੀ ਉਰਵਸ਼ੀ ਦੇ ਨਕਸ਼ਾਂ ਉੱਤੇ ਪਿਆਰ ਦੇ ਗੂੜੇ ਅਮਿੱਟ ਚਿੰਨ੍ਹਾਂ ਦਾ ਪਰਤੋਂ, ਮਾਨੋ ਕਿਸੇ ਦੇਵਤਾ ਨੇ ਅੱਜ ਪੱਥਰ ਦੀ ਮੂਰਤ 'ਚ ਨਾ ਕੇਵਲ ਪ੍ਰਾਣ ਹੀ ਪਾਤੇ ਹੋਣ ਬਲਕਿ ਪਿਆਰ ਦੀਆਂ ਅਮਰ ਛੁਆਵਾਂ ਨਾਲ ਉਹਦੇ ਅੰਗ ਪ੍ਰਤੀ ਅੰਗ ਪੂਜਣ ਯੋਗ ਵੀ ਬਣਾ ਦਿੱਤੇ। ਸੰਕੋਚ, ਉਪਰਾਪਨ, ਝਿਜਕ ਆਦਿ ਉਰਵਸ਼ੀ ਦੀਆਂ ਸਦੀ ਵੀ ਆਦਤਾਂ ਜਿਨ੍ਹਾਂ ਤੋਂ ਮਦਨ ਖਿੱਚਦਾ ਅਤੇ ਕੁੜਦਾ ਹੁੰਦਾ ਸੀ, ਅੱਜ ਇਹਨਾਂ ਦਾ ਉਰਵਸ਼ੀ ਪਾਸ ਕੋਈ ਚਿੰਨ੍ਹ ਨਹੀਂ ਸੀ। ਇਹਦੀ ਥਾਂ 'ਤੇ ਅੱਜ ਉਹਦੀ ਝੋਲੀ ਪਿਆਰ ਫੁੱਲਾਂ ਦੀ ਬਹੁਤਾਤ ਨਾਲ ਜਿਵੇਂ ਭਰੀ ਉੱਛਲਦੀ ਪਈ ਸੀ ਅਤੇ ਇਸ ਝੋਲੀ ਨੂੰ ਸਣੇ ਆਪਣੇ ਜੀਵਨ ਦੇ ਉਹ ਅੱਜ ਮਦਨ ਉੱਤੇ ਪਲਟ ਦੇਣ ਲਈ ਬੇਬਲ ਦਿਖਾਈ ਦੇ ਰਹੀ ਸੀ। ਉਰਵਸ਼ੀ, ਮਦਨ ਦੀਆਂ ਇਹ ਚਿਰ ਰੋਕੀਆਂ ਰੀਝਾਂ ਜਿਵੇਂ ਚੌ ਅੱਖਰਾਂ ਨਾਮ ਬਣ ਕੇ ਉਹਦੇ ਮੂੰਹ ਪ੍ਰਵਾਹਤ ਹੋ ਉੱਠੀਆਂ। ਤੂੰ ਇੱਥੇ ਕਿਸ ਤਰ੍ਹਾਂ?
ਤੁਸਾਂ ਜੋ ਸੱਦ ਘੱਲਿਆ ਸੀ। ਮੈਂ? ਜੀ ਹਾਂ। ਕੀ ਉਹ ਚਿੱਠੀ ਤੁਹਾਡੇ ਹੱਥ ਦੀ ਨਹੀਂ ਸੀ? ਇਹ ਜੋ ਕੁਝ ਹੁਣ ਤੁਸੀਂ ਇਸ ਵੇਲੇ ਲਿਖ ਰਹੇ ਹੋ, ਇਹ ਸਾਰਾ ਮਜ਼ਮੂਨ ਮੈਂ ਉਸੇ ਤੁਹਾਡੀ ਡੇਢ ਸਤਰ ਦੀ ਚਿੱਠੀ ਜੋ ਪੜ੍ਹ ਲਿਆ ਸੀ। ਕੀ ਫਿਰ ਵੀ ਨਾ ਆਉਂਦੀ? ਤੁਸੀਂ ਇੰਨੇ ਭੋਲੇ ਹੋ ਮਦਨ ਜੀ, ਜਿਹੜੇ ਅੱਜ ਤੱਕ ਉਰਵਸ਼ੀ ਨੂੰ ਸਮਝ ਨਹੀਂ ਸਕੇ। ਖਾਮੋਸ਼ੀ ਨੂੰ ਵੇਖ ਕੇ ਤੁਸੀਂ ਮੈਨੂੰ ਪੱਥਰ ਸਮਝ ਲਿਆ, ਪਰ ਪੱਥਰ ਵਿੱਚ ਵੀ ਅੱਗ ਲੁਕੀ ਹੁੰਦੀ ਹੈ। ਇਹ ਤੁਸੀਂ ਨਾ ਜਾਣ ਸਕੇ। ਜਾਣਦੀ ਹਾਂ ਕਿਉਂ ਆਪਣਾ ਟਿਕਾਣਾ ਛੱਡ ਕੇ ਤੁਸੀਂ ਕਿੱਥੇ ਚਲੇ ਆਏ ਹੋ, ਪਰ ਇਸ ਬਾਰੇ ਮੈਂ ਕੁਝ ਵੀ ਨਹੀਂ ਤੁਹਾਨੂੰ ਪੁੱਛਣਾ ਚਾਹੁੰਦੀ। ਮੈਂ ਜਾਣਦੀ ਹਾਂ ਮਾਤਾ ਜੀ ਨੇ ਤੁਹਾਡੇ ਨਾਲ ਕਿੰਨੀ ਬੇਇਨਸਾਫੀ ਕੀਤੀ ਹੈ। ਇਹੋ ਹੀ ਨਹੀਂ, ਉਹਨੇ ਤੁਹਾਡੇ ਖਿਲਾਫ਼ ਹੈੱਡ ਮਾਸਟਰ ਪਾਸ ਸ਼ਿਕਾਇਤ ਕੀਤੀ, ਬਲਕਿ ਅਸਲ ਗੱਲ ਇਹ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਅਸਾਂ ਦੋਹਾਂ ਨਾਲ ਵਧੀਕੀਆਂ ਕਰ ਰਹੀ ਹੈ। ਪਰ ਜਦੋਂ ਤੁਸੀਂ ਮਾਤਾ ਜੀ ਦੀ ਅੰਦਰੂਨੀ ਹਾਲਤ ਮੇਰੇ ਮੂੰਹੋਂ ਸੁਣੋਗੇ, ਤੁਹਾਡਾ ਗੁੱਸਾ ਦੂਰ ਹੀ ਹੋ ਜਾਏਗਾ। ਤੁਸੀਂ ਮਾਤਾ ਜੀ 'ਤੇ ਤਰਸ ਵੀ ਖਾਓਗੇ। ਤੁਸੀਂ ਨਹੀਂ ਜਾਣਦੇ, ਮੇਰੀ ਮਾਂ ਦਿਮਾਗੀ ਤੌਰ 'ਤੇ ਵੀ, ਦਿਲੀ ਤੌਰ 'ਤੇ ਵੀ ਬਿਮਾਰ ਹੈ। ਇਹ ਉਰਵਸ਼ੀ ਹੈ ਜਿਹੜੀ ਉਸ ਨਾਲ ਕੱਟ ਰਹੀ ਹੈ। ਹੋਰ ਕੋਈ ਧੀ ਹੁੰਦੀ ਤਾਂ ਹੁਣ ਤੱਕ ਮਰ ਮੁੱਕ ਪੂਰੀ ਰਵਾਨੀ ਵਿੱਚ ਉਰਵਸ਼ੀ ਇਹਨਾਂ ਬੋਲ ਗਈ ਅਤੇ ਮਦਨ ਉਨੀ ਹੀ ਹੈਰਾਨੀ 'ਚ ਸੁਣਦਾ ਗਿਆ। ਇਸ ਖਿਆਲ ਬਰਾਬਰ ਉਹਦੇ ਨਾਲ ਨਾਲ ਹੀ ਤੁਰੀ ਜਾ ਰਿਹਾ ਸੀ ਕਿ ਇਹ ਉਰਵਸ਼ੀ ਹੈ, ਕਿ ਇੰਨੀਆਂ ਗੱਲਾਂ ਇਹ ਕਰ ਸਕਦੀ ਹੈ। ਉਰਵਸ਼ੀ ਨੂੰ ਜਦ ਉਹਨੇ ਅਚਾਨਕ ਕਮਰੇ 'ਚ ਤੱਕਿਆ ਤਾਂ ਪਹਿਲਾ ਖਿਆਲ ਉਹਦੇ ਅੰਦਰ ਇਹੋ ਪੈਦਾ ਹੋਇਆ ਸੀ। ਅੱਜ ਜਦਕਿ ਉਰਵਸ਼ੀ ਇਸ ਮਕਾਨ 'ਤੇ ਆ ਪਹੁੰਚੀ ਹੈ ਤਾਂ ਹੁਣ ਇਸ ਮੌਕੇ ਨੂੰ ਖੁੰਝਣ ਨਹੀਂ ਦਿਆਂਗਾ। ਸਭ ਗੱਲਾਂ ਇਹਤੋਂ ਪੁੱਛਾਂਗਾ, ਕੋਈ ਗੱਲ ਵੀ ਬਾਕੀ ਨਹੀਂ ਰਹਿਣ ਦਿਆਂਗਾ, ਨਾ ਆਪਣੇ ਦਿਲ ਦੀ ਅਤੇ ਨਾ ਉਹਦੇ ਦਿਲ ਦੀ। ਪਰ ਜਿਉਂ ਜਿਉਂ ਬੋਲਦੀ ਗਈ, ਉਹਨੂੰ ਜਾਪਦਾ ਜਿਵੇਂ ਉਹਦੇ ਸਾਰੇ ਅਗਲੇ ਪਿਛਲੇ ਸਵਾਲਾਂ ਦੀ ਲਿਸਟ ਉਰਵਸ਼ੀ ਦੇ ਸਾਹਮਣੇ ਖੁੱਲ੍ਹੀ ਪਈ ਹੈ। ਸਿਲਸਿਲੇਵਾਰ ਉਹਨਾਂ ਦੇ ਉੱਤਰ ਦੇਈ ਜਾਂਦੀ ਹੈ ਬਗੈਰ ਮਦਨ ਦੇ ਪੁੱਛਿਆਂ। ਸਭ ਤੋਂ ਵੱਡੀ ਹੈਰਾਨੀ ਉਹਨੂੰ ਇਹ ਵੇਖ ਕੇ ਹੋਈ ਕਿ ਉਰਵਸ਼ੀ ਉਹਨੂੰ ਮਾਸਟਰ ਜੀ ਦੀ ਥਾਂ ਮਦਨ ਜੀ ਕਹਿ ਕੇ ਸੰਬੋਧਨ ਕਰ ਰਹੀ ਹੈ। ਪਰ ਉਰਵਸ਼ੀ, ਮਦਨ ਨੇ ਉਹਦੀ ਗੱਲ ਟੋਕ ਕੇ ਪੁੱਛਿਆ, ਤੈਨੂੰ ਅੱਜ ਇੱਥੇ ਆਉਣ ਦਾ ਮੌਕਾ ਕਿਸ ਤਰ੍ਹਾਂ ਮਿਲ ਗਿਆ? ਤੁਸਾਂ ਜੋ ਮਜਬੂਰ ਕਰ ਦਿੱਤਾ, ਕੀ ਕਰਦੀ? ਉਰਵਸ਼ੀ ਨੇ ਪਹਿਲਾਂ ਹੀ ਉੱਤਰ ਨੂੰ ਦੁਹਰਾਇਆ। ਮੈਂ? ਜੀ ਹਾਂ। ਤੁਸੀਂ? ਮੈਂ ਤਾਂ ਸਿਰਫ ਅਸਬਾਬ ਲੈਣ ਲਈ ਬਿਰਜ ਨੂੰ ਰੁੱਕਾ ਦੇ ਕੇ ਭੇਜਿਆ ਸੀ, ਅਸਬਾਬ ਲੈਣ ਲਈ, ਨਾਲੇ ਮੇਰੀ ਜਾਨ ਲੈਣ ਲਈ ਵੀ। ਉਰਵਸ਼ੀ, ਮੈਂ ਅੱਗੇ ਬਹੁਤ ਘਬਰਾਇਆ ਹੋਇਆ, ਹੋਰ ਬੁਝਾਰਤਾਂ ਪਾ ਪਾ ਕੇ ਮੈਨੂੰ ਪਰੇਸ਼ਾਨ ਨਾ ਕਰੋ। ਬੁਝਾਰਤ ਕੋਈ ਨਹੀਂ, ਸਭ ਕੁਝ ਸਾਫ਼ ਸਾਫ਼ ਕਹਿਣ ਲਈ ਹੀ ਅੱਜ ਤੁਹਾਡੇ ਕੋਲ ਆਈ ਹਾਂ। ਕਿ ਮਾਤਾ ਜੀ ਤੋਂ ਚੋਰੀ? ਤੁਸੀਂ ਡਰੋ ਨਾ, ਮੈਂ ਉਹਨਾਂ ਦੀ ਇਜਾਜ਼ਤ ਲੈ ਕੇ ਆਈ ਹਾਂ। ਪਰ ਮੇਰੇ ਕੋਲ ਆਉਣ ਦੀ ਉਹਨਾਂ ਤੈਨੂੰ ਇਜਾਜ਼ਤ ਦੇ ਦਿੱਤੀ? ਹਾਂ। ਕਿਸ ਸਮਝੌਤੇ 'ਤੇ ਪਹੁੰਚ ਕੇ? ਕੀ ਸੀ ਉਹ ਸਮਝੌਤਾ, ਇਹ ਫਿਰ ਦੱਸਾਂਗੀ, ਪਹਿਲਾਂ ਬਾਕੀ ਗੱਲਾਂ ਦੱਸ ਲਓ। ਮਦਨ ਟਿਕ ਟਿਕੀ ਬੰਨੀ ਉਹਦੇ ਚਿਹਰੇ ਵੱਲ ਤੱਕ ਰਿਹਾ ਸੀ। ਕੀ ਵੇਖ ਰਹੇ ਹੋ? ਮੇਰੇ ਵੱਲ ਅੱਖਾਂ ਪਾੜ ਕੇ ਉਰਵਸ਼ੀ ਨੇ ਪੁੱਛਿਆ। ਮੈਂ? ਮਦਨ ਬੋਲਿਆ, ਮੈਂ ਉਸ ਛਲੇਡੇ ਨੂੰ ਤੱਕ ਰਿਹਾ ਜਿਹੜਾ ਪਹਿਲਾਂ ਮੈਨੂੰ ਨਰਕ ਦਾ ਕੀੜਾ ਦਿਖਾਈ ਦਿੰਦਾ ਸੀ, ਫਿਰ ਅੱਜ ਸਵਰਗ ਦਾ ਪੰਛੀ। ਤਾਂ ਇਹ ਤੁਹਾਡੀ ਭੁੱਲ ਹੈ, ਤੁਸੀਂ ਨਰਕ ਦੇ ਕੀੜੇ ਨੂੰ ਹੀ ਸਵਰਗ ਦਾ ਪੰਛੀ ਸਮਝ ਰਹੇ ਹੋ। ਪਰ ਇਸ ਵੇਲੇ ਤਾਂ ਮੇਰੀਆਂ ਅੱਖਾਂ ਕੁਝ ਹੋਰ ਵੇਖ ਰਹੀਆਂ ਨੇ, ਇਹ ਤਾਂ ਤੁਹਾਡੀਆਂ ਅੱਖਾਂ ਦਾ ਭੁਲੇਖਾ ਹੈ। ਉਰਵਸ਼ੀ, ਮਦਨ ਦਾ ਸਬਰ ਇੱਕ ਵਾਰੀ ਫਿਰ ਚੁੰਝਲਾਇਆ, ਰੱਬ ਦੇ ਵਾਸਤੇ ਹੁਣ ਮੇਰੇ ਉੱਤੇ ਰਹਿਮ ਕਰ, ਮੇਰਾ ਦਿਮਾਗ ਨਿਕਾਰਾ ਹੋ ਗਿਆ ਇਹਨਾਂ ਬੁਝਾਰਤਾਂ ਨੂੰ ਬੁਝਦਾ ਬੁਝਦਾ। ਤੁਸੀਂ ਅੰਤਰਜਾਮੀ ਹੋ ਮਦਨ ਜੀ, ਬੋਲਦੀ ਬੋਲਦੀ ਉਰਵਸ਼ੀ ਇਸ ਤਰ੍ਹਾਂ ਰੁੱਕ ਗਈ ਜਿੱਕਣ ਉਸ ਪਾਸੋਂ ਕੋਈ ਭਾਰੀ ਗਲਤੀ ਹੋ ਗਈ ਹੋਵੇ। ਉਹਨੇ ਇਸ ਭੁੱਲ ਨੂੰ ਇਹ ਕਹਿ ਕੇ ਸੁਧਾਰਿਆ, ਉਹ ਮੈਂ ਅੱਜ ਤੁਹਾਨੂੰ ਨਾਂ ਲੈ ਕੇ ਬੁਲਾ ਰਹੀ ਹਾਂ ਮਾਸਟਰ ਜੀ। ਮਦਨ ਦੀਆਂ ਅੱਖਾਂ ਇਸ ਵੇਲੇ ਕੋਈ ਦਿਆਲੂ ਹੋਣੀ ਖੇਡ ਰਹੀ ਸੀ। ਇਹਨੂੰ ਵੀ ਮੈਂ ਬੁਝਾਰਤ ਦਾ ਇੱਕ ਅੰਗ ਸਮਝ ਲਵਾਂਗਾ, ਪਰ ਹੁਣ ਇਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਨਾ ਕਰੀ। ਕੀ ਗਲਤੀ ਉੱਤੇ ਗਲਤੀ ਕਰੀ ਜਾਵਾਂ? ਹਾਂ ਉਰਵਸ਼ੀ, ਮੈਂ ਚਾਹੁੰਦਾ ਕਿ ਤੂੰ ਇੰਨੀਆਂ ਗਲਤੀਆਂ ਕਰੇ ਕਿ ਉਹਨਾਂ ਤੋਂ ਤੰਗ ਆ ਕੇ ਮੈਂ ਹਮੇਸ਼ਾ ਲਈ ਤੈਨੂੰ ਭੁੱਲ ਸਕਾਂ। ਇਹ ਮੈਂ ਜਾਣਦੀ ਹਾਂ, ਮੇਰੇ ਕੰਨਾਂ 'ਚ ਕੋਈ ਕਹਿ ਰਿਹਾ ਹੈ ਕਿ ਤੁਸੀਂ ਮੈਨੂੰ ਅਜਿਹਾ ਭੁੱਲੋਗੇ, ਕਦੀ ਮੇਰੇ ਖਿਆਲ ਨੂੰ ਆਪਣੇ ਨੇੜੇ ਵੀ ਨਹੀਂ ਆਉਣ ਦਿਓਗੇ। ਕੀ ਮਤਲਬ? ਇਸ ਲਈ ਕਿ ਮੈਂ ਖੁਦ ਇੱਕ ਗਲਤੀ ਹਾਂ। ਤੂੰ ਜੋ ਕੁਝ ਵੀ ਹੈ ਸਭ ਕੁਝ ਮੈਂ ਸਹਿ ਸਕਦਾ ਉਰਵਸ਼ੀ, ਪਰ ਸਿਰਫ ਇੱਕੋ ਗੱਲ ਹੈ ਜਿਹੜੀ ਸਹਾਰਨੀ ਹੁਣ ਮੇਰੇ ਲਈ ਨਾਮੁਮਕਿਨ ਹੋ ਗਈ ਹੈ ਕਿ ਮੇਰੇ ਲਈ ਬੁਝਾਰਤ ਬਣੀ ਰਹੇ। ਸੱਚ ਜਾਣ, ਮੈਂ ਅੱਜ ਤੱਕ ਜਿੰਨਾ ਵੀ ਤੈਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਨਾ ਹੀ ਸਗੋਂ ਹਨੇਰੇ 'ਚ ਗੁਆਚਦਾ ਗਿਆ। ਤੁਹਾਡਾ ਕਹਿਣਾ ਠੀਕ ਹੈ, ਪਰ ਤੁਸੀਂ ਤਦ ਤੱਕ ਹੀ ਮੇਰੇ ਵੱਲ ਰੁਝਾਨ ਰੱਖੋਗੇ ਜਦ ਤੱਕ ਮੈਂ ਬੁਝਾਰਤ ਹਾਂ। ਜਿਸ ਵੇਲੇ ਬੁਝਾਰਤ ਦਾ ਭੇਦ ਤੁਹਾਡੇ ਸਾਹਮਣੇ ਖੁੱਲ੍ਹ ਜਾਏਗਾ, ਉੱਥੇ ਉਸੇ ਘੜੀ ਤੁਸੀਂ ਮੇਰੇ ਲਈ ਬੇਗਾਨੇ ਹੋ ਜਾਓਗੇ। ਬੇਗਾਨਾ ਹੋ ਜਾਵਾਂਗਾ ਤੇਰੇ ਲਈ? ਉਰਵਸ਼ੀ ਬੋਲੀ ਨਹੀਂ, ਵੇਖਦਿਆਂ ਵੇਖਦਿਆਂ ਉਹਦੇ ਚਿਹਰੇ ਤੋਂ ਉਹ ਡੁੱਲਦਾ ਪਿਆਰ, ਆਪਾ ਪ੍ਰਗਟਾਊ, ਉਹ ਬੇਬਲਤਾ, ਸਭ ਕੁਛ ਜਿਵੇਂ ਕਫੂਰ ਹੋ ਗਿਆ। ਉਹ ਪਹਿਲਾਂ ਵਾਂਗ ਹੀ ਪੱਥਰ ਦੀ ਮੂਰਤ ਸੀ, ਅਹਿਲ ਨਿਰਜੀਵ ਮੂਰਤ। ਜਦ ਉਦਾਸ ਮਦਨ 'ਤੇ ਦਿਲ ਤੋੜਵੀਂ ਜਿਹੀ ਆਵਾਜ਼ ਦੇ ਨਾਲ ਇੱਕ ਲੰਮਾ ਸਵਾਸ ਉਹਨੇ ਛੱਡਿਆ,
ਜਿਉਂ ਜਿਉਂ ਉਦਰੀ ਉਹਦੀ ਉਭਰੀ ਹੋਈ ਗੋਲ ਛਾਤੀ 'ਚ ਬਿਠਾਓ ਆਉਂਦਾ ਗਿਆ। ਕਮਰੇ ਦੇ ਵਾਤਾਵਰਨ 'ਚ ਪੱਤਝੜ ਵਾਲੀ ਨਿਰਾਸ਼ਤਾ ਫੈਲਦੀ ਗਈ। ਉਰਵਸ਼ੀ ਸਾਹਮਣੇ ਅਹਿਲ ਬੈਠੀ ਉਰਵਸ਼ੀ ਦਾ ਹੱਥ ਆਪਣੇ ਹੱਥ 'ਚ ਲੈ ਕੇ ਮਦਨ ਬੋਲਿਆ, ਅੱਜ ਖੋਲ੍ਹ ਦੇ ਦਿਲ ਦੀਆਂ ਸਾਰੀਆਂ ਕੰਢਾਂ। ਉਰਵਸ਼ੀ ਮੈਂ ਇਹ ਤਾਂ ਜਾਣਦਾ, ਇਹ ਨਹੀਂ ਜਾਣਦਾ ਕਿ ਬੋਝ ਕਿਹੜਾ ਹੈ ਜਿਸ ਹੇਠ ਦੱਬੀ ਹੋਈ ਤੇਰੀ ਰੂਹ ਦਮ ਤੋੜਦੀ ਰਹਿੰਦੀ ਹੈ, ਪਰ ਇੰਨਾ ਜ਼ਰੂਰ ਕਹਾਂਗਾ ਕਿ ਜੇ ਤੂੰ ਇਸ ਬੋਝ ਨੂੰ ਹੋਰ ਕੁਝ ਚਿਰ ਲਈ ਚੁੱਕੀ ਰੱਖਿਆ ਤਾਂ ਯਕੀਨਨ ਤੂੰ ਖਤਮ ਹੋਣ ਦੇ ਹੋ ਕੇ ਇੱਕ ਹੋਰ ਬਦਨਸੀਬ ਦੀ ਜਾਨ ਵੀ ਲਏਂਗੀ। ਕਾਸ਼, ਉਰਵਸ਼ੀ ਨੇ ਪਹਿਲਾਂ ਵਰਗਾ ਇੱਕ ਹੋਰ ਹੌਕਾ ਲਿਆ, ਮਦਨ ਜੀ ਮੈਂ ਇਹ ਕਰ ਸਕਦੀ। ਕਿਉਂ, ਇਹੋ ਜਿਹੀ ਗੁੰਝਲ ਹੈ? ਉਰਵਸ਼ੀ ਨੇ ਸ਼ਾਇਦ ਉਹਦੀ ਗੱਲ ਨਹੀਂ ਸੁਣੀ। ਉਹਦੀ ਮਨ ਬਿਰਤੀ ਇਸ ਵੇਲੇ ਕਿਤੇ ਦੂਰ ਦੁਰਾਡੇ ਅਪੜੀ ਹੋਈ ਸੀ। ਉਸੇ ਦੂਰੀ ਵਿੱਚੋਂ ਉਹ ਇਸ ਤਰ੍ਹਾਂ ਬੋਲੀ, ਮਦਨ ਜੀ ਮੈਂ ਤੁਹਾਨੂੰ ਜਿੰਨਾ ਸਤਾਇਆ ਹੈ ਇਹ ਤੋਂ ਮੈਂ ਅਣਜਾਣ ਨਹੀਂ ਹਾਂ, ਅਤੇ ਮੈਂ ਅੱਜ ਤੁਹਾਨੂੰ ਜੋ ਕੁਝ ਕਹਿਣ ਲਈ ਆਈ ਹਾਂ, ਜਾਣਦੀ ਹਾਂ ਕਿ ਉਹਨੂੰ ਸੁਣ ਕੇ ਤੁਸੀਂ ਓਨੇ ਹੀ ਦੁਖੀ ਹੋਵੋਗੇ ਜਿੰਨੀ ਮੇਰੀ ਮੌਤ ਦੀ ਖਬਰ ਸੁਣ ਕੇ ਹੁੰਦੇ, ਪਰ ਚਾਰਾ ਕੋਈ ਨਹੀਂ, ਬੇਵਾਸਾਂ ਕਹਿੰਦੀ ਕਹਿੰਦੀ ਉਰਵਸ਼ੀ ਸਿਸਕੀਆਂ ਫਿਰਨ ਲੱਗੀ। ਉਰਵਸ਼ੀ ਤੂੰ ਇਹ ਨਹੀਂ, ਇਹ ਕੀ ਕਹਿ ਰਹੀ ਹੈ? ਜੇ ਇਹੋ ਜਿਹੀ ਕੋਈ ਗੱਲ ਹੈ ਤਾਂ ਰੱਬ ਦੇ ਵਾਸਤੇ ਮੈਨੂੰ ਨਾ ਦੱਸੇ, ਮੈਂ ਬੜੇ ਕਮਜ਼ੋਰ ਦਿਲ ਵਾਲਾ। ਉਰਵਸ਼ੀ, ਇਹੋ ਜਿਹੀ ਕੋਈ ਸੱਟ ਨਾ ਮੈਨੂੰ ਮਾਰ ਬਈ। ਮਦਨ ਜੀ, ਉਰਵਸ਼ੀ ਨੇ ਸਿਰ 'ਤੇ ਬਾਂਹ ਉੱਤੇ ਸੁੱਟ ਦਿੱਤਾ, ਅਤੇ ਮੇਰੀ ਆਸ਼ਾ ਛੱਡ ਦਿਓ, ਹਮੇਸ਼ਾ ਲਈ ਮੈਨੂੰ ਭੁੱਲ ਜਾਓ, ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਉਰਵਸ਼ੀ। ਉਰਵਸ਼ੀ ਨੇ ਨਹੀਂ ਸੁਣਿਆ, ਉਹ ਕਹਿੰਦੀ ਗਈ, ਜਾਣਦੇ ਹੋ ਅੱਜ ਤੱਕ ਮੈਂ ਕਿੰਨਾ ਆਪਣੇ ਆਪ ਨੂੰ ਅਤੇ ਆਪਣੇ ਦਿਲ ਨੂੰ ਤੁਹਾਡੇ ਪਾਸੋਂ ਲੁਕਾਉਣ ਦੀ ਕੋਸ਼ਿਸ਼ ਕੀਤੀ? ਤੁਹਾਡੇ ਸਾਹਮਣੇ ਜੇ ਮੈਂ ਪੱਥਰ ਬਣ ਰਹਿੰਦੀ ਸਾਂ ਤਾਂ ਇਹਦਾ ਇਹ ਮਤਲਬ ਨਹੀਂ ਕਿ ਮੈਂ ਸੱਚਮੁੱਚ ਪੱਥਰ ਸਾਂ। ਮੇਰੇ ਸੀਨੇ 'ਚ ਵੀ ਦਿਲ ਹੈ ਮਦਨ ਜੀ, ਤੁਸੀਂ ਕਿਉਂ ਮੇਰੀ ਦੁਨੀਆ 'ਚ ਆ ਵੜੇ? ਮੇਰੀ ਕੁਚੀਲ ਅਤੇ ਗੰਦੀ ਦੁਨੀਆ 'ਚ ਕਿਉਂ ਨਾ ਪਈ ਰਹਿਣ ਦਿੱਤਾ ਤੁਸੀਂ ਮੈਨੂੰ ਨਰਕ 'ਚ ਸੜਨ ਲਈ, ਜਿਸ ਦੁਨੀਆ 'ਚ ਮੈਂ ਜੰਮੀ ਅਤੇ ਅੱਜ ਤੱਕ ਪਲੀ ਹਾਂ? ਜੇ ਉਹਦਾ ਇੱਕ ਝਲਕਾਰਾ ਵੀ ਤੁਸੀਂ ਵੇਖ ਲਵੋ ਤਾਂ ਨਫ਼ਰਤ ਨਾਲ ਤੁਸੀਂ ਮੈਨੂੰ ਇਹ ਤੋਂ ਅੱਗੇ ਜਿਵੇਂ ਉਰਵਸ਼ੀ ਦੀ ਜ਼ਬਾਨ ਨੇ ਬੋਲਣ ਤੋਂ ਇਨਕਾਰ ਕਰਤਾ ਹੋਵੇ। ਉਹਦੇ ਗੱਲੇ 'ਚ ਕੁਝ ਹਟਕੋਰੇ ਹੀ ਬਾਕੀ ਬਚੇ ਸੀ, ਜਿਹੜੇ ਉਹਨੇ ਇੱਕ ਵਾਰਗੀ ਮਦਨ ਦੇ ਸਾਹਮਣੇ ਪਲਟ ਦਿੱਤੇ। ਜ਼ਰਾ ਕੁ ਰੁਕ ਕੇ ਉਹ ਫਿਰ ਬੋਲੀ, ਮਾਫ਼ ਕਰਨਾ ਮਦਨ ਜੀ, ਮੈਂ ਤਾਂ ਆਈ ਸਾਂ ਅੱਜ ਤੁਹਾਨੂੰ ਖੁਸ਼ ਕਰਨ ਲਈ, ਤੁਹਾਡੇ ਮੱਥੇ ਤੋਂ ਇਹ ਰੋਜ਼ ਰੋਜ਼ ਦੀਆਂ ਤਿਊੜੀਆਂ ਸਾਫ਼ ਕਰਨ ਲਈ, ਪਰ ਤੁਸੀਂ ਵੀ ਅੱਜ ਹੀ ਇਸ ਤਰ੍ਹਾਂ ਨਾ ਇੰਝ ਨਾ ਕਰੋ, ਮੈਂ ਅਜੇ ਬਹੁਤ ਕੁਝ ਕਹਿਣਾ ਤੁਹਾਨੂੰ, ਸ਼ਾਇਦ ਇਹ ਮਿਲਾਪ ਸਾਡਾ ਆਖਰੀ ਹੋਵੇ। ਅਤੇ ਉਰਵਸ਼ੀ ਨੇ ਇੱਕ ਖੁੱਲ੍ਹਾ ਲਿਫਾਫਾ ਕੱਢ ਕੇ ਉਹਦੇ ਹੱਥ ਫੜਾਉਂਦਿਆਂ ਕਿਹਾ, ਇਹ ਲਓ ਮੇਰੀ ਨਿਸ਼ਾਨੀ। ਮਦਨ ਨੇ ਲਿਫਾਫੇ ਵਿਚਲੀ ਚੀਜ਼ ਕੱਢ ਕੇ ਤੱਕੀ, ਤੱਕੇ ਮੁਸਕਰਾ ਪਿਆ, ਕਿੰਨੀ ਡਰਾਉਣੀ ਸੀ ਉਹਦੀ ਇਹ ਮੁਸਕਰਾਹਟ। ਇਹ ਉਰਵਸ਼ੀ ਦੀ ਫੋਟੋ ਸੀ ਜਿਹੜੀ ਉਹਦੇ ਮੌਜੂਦਾ ਪਹਿਰਾਵੇ ਵਿੱਚ ਸੀ, ਜਿਹਦੇ ਹੇਠਾਂ ਮਹੀਨ ਅੱਖਰਾਂ 'ਚ ਲਿਖਿਆ ਸੀ ਬੁਝਾਰਤ। ਮਦਨ ਦੀਆਂ ਅੱਖਾਂ ਅੱਗੇ ਤਸਵੀਰ ਉੱਤੇ ਕਦੀ ਉਸ ਥਲਵੇਂ ਅੰਬਰਾਂ ਉੱਤੇ ਅਤੇ ਕੋਈ ਦੀਵਾਨੀ ਉੱਤੇ ਵਾਰੋ ਵਾਰੀ ਫਿਰ ਰਹੀਆਂ ਸਨ। ਉਰਵਸ਼ੀ ਜ਼ੋਰੋ ਜ਼ੋਰੀ ਹੋਠਾਂ 'ਤੇ ਮੁਸਕਰਾਹਟ ਲਿਆ ਕੇ ਬੋਲੀ, ਤੁਸੀਂ ਮੈਨੂੰ ਇਸ ਪਹਿਰਾਵੇ 'ਚ ਵੇਖਣਾ ਚਾਹੁੰਦੇ ਸੋ ਨਾ, ਪਰ ਤੈਨੂੰ ਮੈਂ ਕਦੀ ਇਹ ਨਹੀਂ ਕਿਹਾ ਇਸ ਬਾਰੇ। ਮਦਨ ਨੇ ਹੈਰਾਨੀ ਨਾਲ ਉਸ ਵੱਲ ਤੱਕਦਿਆਂ ਕਿਹਾ। ਉਰਵਸ਼ੀ ਪੂਰੀ ਤਰ੍ਹਾਂ ਆਪਣੇ ਆਪ ਨੂੰ ਹਸਾਉਂਦੀ ਹੋਈ ਬੋਲੀ, ਕਿ ਸਾਰੀਆਂ ਗੱਲਾਂ ਜ਼ਬਾਨ ਨਾਲ ਹੀ ਕਹੀਆਂ ਜਾਂਦੀਆਂ ਨੇ? ਮੇਰੇ ਭੜਕੀਲੇ ਪਹਿਰਾਵੇ ਨੂੰ, ਮੇਰੇ ਦਿਖਾਵੇ ਦੀ ਤੜਕ ਭੜਕ ਨੂੰ ਤੁਸੀਂ ਪਹਿਲੇ ਦਿਨ ਤੋਂ ਨਫ਼ਰਤ ਕਰਦੇ ਹੋ, ਮੈਂ ਜਾਣਦੀ ਹਾਂ, ਅਤੇ ਮੈਂ ਕਦੇ ਮੌਕਾ ਪਾ ਕੇ ਤੁਹਾਨੂੰ ਇਹ ਦਿਖਾਉਣਾ ਚਾਹੁੰਦੀ ਸੀ ਕਿ ਜੋ ਕੁਝ ਤੁਸੀਂ ਵੇਖ ਰਹੇ ਹੋ ਅਸਲ 'ਚ ਮੈਂ ਨਹੀਂ ਹਾਂ, ਬਲਕਿ ਮੇਰਾ ਅਸਲ ਰੂਪ ਹੋਰ ਹੈ। ਪਰ ਮੇਰੇ ਉੱਤੇ, ਮੇਰੀ ਜ਼ਬਾਨ ਉੱਤੇ ਅਤੇ ਮੇਰੀਆਂ ਅੱਖਾਂ ਉੱਤੇ ਹਰ ਵੇਲੇ ਪਹਿਰਾ ਰਹਿੰਦਾ ਸੀ, ਜਿਸ ਕਰਕੇ ਮੈਂ ਤੁਹਾਨੂੰ ਬੋਲ ਕੇ ਆਪਣਾ ਆਪ ਨਹੀਂ ਸੀ ਵਿਖਾ ਸਕਦੀ। ਮੇਰੀ ਇੱਕ ਸਹੇਲੀ ਨੂੰ ਫੋਟੋਗ੍ਰਾਫੀ ਦਾ ਸ਼ੌਕ ਹੈ, ਉਸ ਕੋਲੋਂ ਮੈਂ ਇਹ ਲੁਹਾਈ ਹੈ ਤਾਂ ਜੋ ਤੁਸੀਂ ਮੈਨੂੰ ਮੇਰੀ ਅਸਲੀ ਸ਼ਕਲ 'ਚ ਦੇਖ ਸਕੋ। ਮਦਰ ਨੂੰ ਅਚੰਭੇ ਅਤੇ ਅਚੰਭਾ ਹੋ ਰਿਹਾ ਸੀ ਕਿ ਇਸ ਕੁੜੀ ਦੇ ਅੰਦਰ ਇੰਨਾ ਕੁਝ ਭਰਿਆ ਹੋਣਾ ਮੁਮਕਿਨ ਹੋ ਸਕਦਾ ਹੈ, ਇਹ ਤਾਂ ਜ਼ਿੰਦਗੀ ਦੇ ਭੇਦਾਂ ਦੀ ਕੋਈ ਤੱਤਵੇਤ ਹੈ। ਉਹ ਬੋਲਿਆ, ਉਰਵਸ਼ੀ ਤਾਂ ਮੈਂ ਸ਼ੁਰੂ ਤੋਂ ਹੀ ਧੋਖੇ 'ਚ ਰਿਹਾ, ਜੇ ਜਾਣਦਾ ਹੁੰਦਾ ਕਿ ਤੇਰੇ ਦਿਲ 'ਚ ਮੇਰੇ ਲਈ ਇਹ ਤੋਂ ਦਸਵਾਂ ਹਿੱਸਾ ਵੀ ਥਾਂ ਹੈ ਤਾਂ ਕਿਉਂ ਅੱਜ ਤੱਕ ਇੰਨਾ ਪਰੇਸ਼ਾਨ ਹੁੰਦਾ? ਤੂੰ ਸੱਚਮੁੱਚ ਬੁਝਾਰਤ ਹੈ ਉਰਵਸ਼ੀ, ਅਤੇ ਤੂੰ ਜਾਦੂਗਰ। ਉਰਵਸ਼ੀ ਨੇ ਇੱਕ ਵਾਰੀ ਫਿਰ ਆਪਣੇ ਆਪ ਨੂੰ ਹਸਾਇਆ, ਮੇਰੇ 'ਚ ਤੂੰ ਕੀ ਜਾਦੂਗਰੀ ਵੇਖੀ ਉਰਵਸ਼ੀ? ਮੇਰੇ ਵਿੱਚ ਤਾਂ ਕੁਝ ਵੀ ਐਸਾ ਨਹੀਂ ਜਿਹੜਾ ਜਾਦੂਗਰ ਜੀ ਤੋਂ ਘੱਟ ਹੋਵੇ, ਕਹਿ ਕੇ ਉਰਵਸ਼ੀ ਨੇ ਉਹਦੇ ਅਧੂਰੇ ਵਾਕ ਨੂੰ ਪੂਰਾ ਕਰ ਦਿੱਤਾ। ਫਿਰ ਕੁਝ ਰੁੱਕ ਕੇ ਬੋਲੀ, ਮੈਂ ਵੀ ਜਾਣਦੀ ਹਾਂ ਮਦਨ ਜੀ ਕਿ ਤੁਸੀਂ ਹਰ ਵੇਲੇ ਆਪਣੇ ਘਟੀਆਪਣ ਦੀ ਅਨੁਭਵਤਾ ਵਿੱਚ ਢੱਠੇ ਰਹਿੰਦੇ ਹੋ, ਪਰ ਤੁਸੀਂ ਸ਼ਾਇਦ ਅਜੇ ਤੱਕ ਆਪਣੀ ਕੀਮਤ ਨੂੰ ਸਮਝ ਹੀ ਨਹੀਂ ਸਕੇ।
कोई मेरिया अखां नाल तुहानू वेखे कि मैं इस गलों अनजाण हाँ कि मनुखता दे प्यार ने तुहानू मनुखता दी किन्नी उच्ची चोटी ते पहुँचा दिता है कि होर कोई इहो जिहा है जिहड़ा किसी बेगानी माँ दे पुत्तर नू लभण लई इंज परदेसां च रुलदा फिरे। किहड़ा है जिहड़ा अपना पेट कट के दूजिआं दे दाखले भेजदा होवे? कौन है जिहदे गीतां च वतन दी आज़ादी लई एड्डी तड़प होवे कि मैं इन्हां सारीआं गल्लां तों अनजाण? मदन जी, मैं उन्नी भोली नहीं जिन्नी तुसी ख्याल करदे हो। जे मेरी जबान उत्ते तुसी कदी कोई शब्द आउंदा नहीं सुनिया तां इहदा मतलब नहीं कि मेरे मूँह च जबान है ही नहीं। तुसी तां खुले तौर ते अपने गीतां राहीं किसी नूं दस सकदे हो कि तुहाडे दिल दे दिल तियारे चल रहे ने, तुहाडियां रगां च भांबड़ वल रहे ने, पर बदनसीब उर्वशी किहनूं दसे जिस दी जबान उत्ते इक नहीं कई जंदे जड़े होए ने। मदर ने उहदा हाथ छड़ दिता। उर्वशी, तू इस तों पहलां क्यों ना मैनूं अपना दिल विखाया? मैनूं एक वारी प्रणाम कर लैण दे। उह झुक गया। उठो, की करदे हो? कहिंदिआं उर्वशी ने उहदे दोवें हाथ फड़ लए। मदन सिद्धा होके बैठ गया पर बोलणों नहीं रुकिया। मैं उस रात तेरी दूरदर्शता का कायल हो गया सी जब तू मैनूं मेरी झूठी सिर दर्द लई नकली दवाई दित्ती सी, पर यह नहीं सी जानदा कि तेरा हिरदा इन्ना विशाल है ते तेरा स्वै काबू इन्ना दृढ़ है। छड्डो इन्हां गल्लां नूं, उर्वशी उहदी वेग नूं रोकदी हुई बोली, मैं अज बहुत कुछ कहना है ते वक्त तंग है। मदन चुप हो गया। उर्वशी भी कुछ चिर चुप बैठी रही ते बैठिया बैठिया फर्श उत्ते खिल रही चिट्ठी दे टुकड़ियां वल उहदी नज़र जा पई। मदन दे मूँह अपनी शलाघा शायद उहनूं सुखाई नहीं, नाले गंभीर वातावरण च कुछ हासा लिआउण दे इरादे नाल उहने मदन दे चेहरे उत्ते एक मुस्कुराउंदी हुई नज़र सुट्टी। फिर बोली, पहलां दसो तुसीं इह चिट्ठी पाड़ के सुट्टी जिहड़ी तुसीं मैनूं ही लिख रहे सी? मदन की खामोशी विच वी उही रस आ गया। बोलिया, इस लई कि उस वेले मैनू पता नहीं सी लगता जो ये चिट्ठी मैं अपने सज्जन नू लिखी है कि दुश्मन नू। कहिंदिआं कहिंदिआं मदन ने ऐतकी होर डूंघी नज़र नाल उस वल तकिया ते तक के हैरान होया कि उर्वशी किन्नी छेती किन्नी सफलता नाल अपने मनोभावां नू लुका के पैंतड़ा बदल लैंदी है। उर्वशी बोली, ता कि मैनू तुसी दुश्मन वी समझ सकदे हो? जिहड़ा किसी दे दिल दा अमन लुट के उहदी दुनिया नू बेसुआद कर देवे तुइयो दस, उहनूं होर की समझिआ जावे? ते जे मैं कहां कि तुहाडी चिट्ठी दा अखर अखर मैं पढ़ लिया, इह किस तरह हो सकदा? सुणो। कहण तों बाद उर्वशी ने मामूली फर्क नाल चिट्ठी दा मजबून जबानी उहदे सामने दोहराता। उर्वशी, मदन ने उहदियां प्यार डुब्बियां अखां च तकदिआं कहा, इह बहरूपियापन कित्थों सिखिआ? तुसीं दस्सो भला, अपणे मंगेतर पासों शायद। उर्वशी दे चेहरे दी टुकड़ी इह सुणदिआं किसे डूंघे विखाद विच डुब गई। उस उत्ते एक भयानक गंभीरता दा रंग छा गया। उर्वशी, हाँ जी, इस तरह क्यों हो गई है? उर्वशी चुप सी। की मैं तेरा दिल दुखाया? उर्वशी दे चेहरे ते वर्ण वाले बदलां वर्गा रंग सी। मैं माफ़ी मंगदा जी, ते उहदी गल खत्म होण तों पहलां उर्वशी दीआं अखां च दो मोटे मोटे हंझू डलक आए। इह क्यों उर्वशी? अंगूठे ते पहली उंगली दे पोटिआं नाल उर्वशी ने अखां नूं थोड़ा जिहा दबाया जिस करके दोवें तुपके लम्मीआं धारियां बणाउंदे हुए उहदी ठोडी तक पहुँच के आपो च रल मिल गए। उर्वशी, तेरे मंगेतर दा नाम लै के मैं गुस्ताखी कीती है? ऐतकी उर्वशी ने जवाब दिता पर जबान नाल नहीं, सिर दी माड़ी जी हरकत नाल जिहदा मतलब सी हाँ। कि मैं पुछ सकदा कि इस गुस्ताखी बदले मैनूं किस कोलों माफ़ी मंगनी पएगी जिहदा तुसीं अपमान कीता है? इहो तो मैं पुछदा, किहदा अपमान होया मेरे कोलों? प्यार दा। किहदे प्यार दा? उर्वशी दी गंभीरता हुण फिर खेड़े च बदलदी जा रही सी। मेरे प्यार दा? तां मैनूं तेरे कोलों माफ़ी मंगनी पएगी? हाँ, मेरे कोलों। पर तैनूं शर्म नहीं आएगी उस्ताद नूं अपने पैरां ते डिगदा वेख के? मदर ने उहनूं हसाउण दे ख्यालों कहा। जद उस्ताद नूं ही शर्म नहीं आउंदी तां शागिर्द नूं क्यों आवे? पर मैं इहो जी बेशर्मी वाली कीहड़ी गल कीती है? किसे उत्ते झूठा इल्ज़ाम लाना इह की है? मैं ते किसे उत्ते इल्ज़ाम नहीं लाया। मैनूं, मेरे धर्म नूं, मेरे प्यार नूं तुसीं झुठलाया है तां कि इहदा मैं मतलब इह समझां कि तेरे प्यार दा पात्र प्रकाश तों बिना कोई होर वी है? जी हाँ। कौन? इक मरीज़। मरीज़ कीहड़ा? जिन्हों इन्ना भी पता नहीं लगता कि दिल की पीड़ ते सिर की पीड़ च की फर्क हुंदा। मदन दे हासे की लोर च बोल उठिया, जे हर एक मरीज़ नूं अपनी मर्ज़ का पता होवे तां कोई क्यों इहो जिहे नीम हकीमां दे मगर भज्जिया फिरे जिहड़ा इस प्रो ते पेपरामेंट के फर्क नूं भी नहीं जाण सकदे? हासे भरे इस प्रश्न उत्तर ने एक बारी फिर वातावरण नूं दिलचस्प बना दिता। दोवें खिड़खिड़ा के हस पए। यह हासा बहुता चिर कायम ना रह सकिया जब मदन ने कहना शुरू किया, मैं जानता उर्वशी ये गल्लां करके तू अपने आप नूं तिंगो जोरी हसाना चाहनी है। मदन जी, उर्वशी बोली,
अज मैं हसन लई ही इत्थे आई हाँ। ये तो बाद शायद कदी भी मैनू हसना नसीब ना होवे। कि मेरा हसना तुहानू पसंद नहीं? नहीं, क्यों? क्योंकि तेरा दिल रो रहा। कि रोण वाले नू हसन दा हक नहीं हुंदा? ना मदन जी, अज दे दिन लई ना रो। उर्वशी, तू होर गल्लां च पा के मेरे ध्यान नू असल मजबून वालों मोड़ना चाहुंदी है। पर मैं तद तक तैनूं इस कमरे चों बाहर नहीं निकलण देंगा जब तक अपना सारा दिल खोल के मेरे सामने नहीं रख देंगी। ये मुश्किल है मदन जी। क्यों? क्यों दा जवाब है तो भी मुश्किल। उर्वशी, जरा सोच लै इहदा नतीजा की होएगा। इम्तिहान कदों शुरू होने ने? 15 मार्च नूं। मदन ने बेदिली नाल बिना उस वल तकियां जवाब दिता। वह समझ रहा सी उर्वशी अपने दिल की भेतां भरी किताब तो वर्का उठाण नूं तैयार नहीं, ते उहनूं घड़ी मुड़ी इस बारे जिच करना भी ठीक नहीं। उधर उर्वशी भी इस गलों बेखबर नहीं सी कि मदन उहदे मन की असलीयत समझण लई किन्ना काला पै रहा। उर्वशी नूं घर मुड़न की जल्दी सी। मदन दी अक्खां इस वेले कंध उत्ते गड्डियां सन, जिवें उत्थे कुछ लिखिया होया पढ़न की कोशिश कर रहा होवे। इधर उर्वशी की नज़र मेज ते पईआं चिट्ठियां ते पई। उन्हें पहला मलक वालों आईआं दोवें चिट्ठियां चुक के पढ़िया, फिर मदन का उत्तर। मदन ने जब कंध वालों नज़र मुड़ी तो उर्वशी दोवें चिट्ठियां ते उन्हां दा जवाब पढ़ चुकी सी। मदन जी, उन्हें घबरा के पुछया कि तुसीं दिल्ली जा रहे हो? हाँ। मदन ने उहदे हाथ विच फड़ियां चिट्ठियां वल तकदिआं जवाब दिता। कल ही? हाँ। इन्नी जल्दी? हाँ। इम्तिहान तो हो लैण दिंदे, स्कूल जाना हुण मेरे लिए मुश्किल है। उर्वशी, क्यों? हैडमास्टर ने तुहाडा निरादर किया सी। मदन नहीं बोलिया। मैनू इस गल का पता है, उर्वशी दुख भरी आवाज़ च बोली। हैडमास्टर अज साडे घर आया सी, उन्हें माता जी नूं दस्या सी। मैं उदों ही समझ गई कि हुण तुसीं साडे घर च नहीं रहोगे, ना ही शायद स्कूल जाओगे, ते मेरा ख्याल सच्चा निकलिया। जब थोड़े चिर बाद असबाब चुकाउण लई मुंडा तुहाडी चिट्ठी लैके आ गया, ते तूं असबाब देण तों इनकार कर दिता। हाँ, क्यों? उर्वशी ने कोई जवाब ना दिता। एक बारी फिर पहलां वर्गी अहल तस्वीर जी बन गई। झट को इस तरह चुप रहने तो बाद बोली, ए एफ सी मलक कौन ने मदन जी? ये अखबार नवीस। तुसी भी अखबार नवीस बनोगे? बन सकांगा कि नहीं, पर हाले फैसला तो यह किया कि नाले मलक जी का प्यार ते उन्हां दी बीमारी मैं पढ़ लईआं ने उन्हां दीआं चिट्ठियां विच्चों ही। उर्वशी बोली, मैं किन्नी ढीठ हो गई हाँ कि बगैर इजाजत तो तुहाडीआं परसनल चिट्ठियां पढ़ लईआं ने। मदन नूं जिवें फिर कोई भुली हुई गल याद आ गई। उर्वशी की गल अणसुणी करके बोलिया, तू अपनी बाबत मैनू हमेशा नेरे च ही रखना चाहुंदी है, चंगा तेरी मर्जी। कि तुसी मेरा इन्ना कसूर नहीं माफ़ कर सकते? नहीं मदन जी, मैं कदे भी तुहाडे पासों कुछ ना लुकांदी। जे मैं एक प्रण की बद्धी हुई ना हुंदी, भेद ना खोलण दा प्रण मैं उस हस्ती पास कर चुकी हाँ जिहड़ा मैनू सब तो ज़्यादा प्यार करदी है, जिहदी जिंदगी सिर्फ मेरे करके ही कायम है। कौन है वह? मेरी माँ। तो मैं कुछ नहीं पुछदा। फिर भी मैं अज उन्ना कुछ तुहानूं जरूर दसांगी जिथों तक मेरे प्रण नूं जोफ ना पहुँचे। मदन जी, असल च मैं बड़ी बदनसीब हाँ। जानदी हाँ माता जी ने अज तक तुहाडे नाल किन्नियां वधीकियां कीतियां ने, ते जिहड़ी उन्हां ने हैडमास्टर पास शिकायत करके तुहाडा निरादर कराया, यह गलती तां किसे तरह भी माफ़ नहीं कीती जा सकती। पर तुसीं जरा उस बदनसीब कुड़ी की हालत सोचो जिस नाल दिन रात इहो कुछ हुंदा रहिंदा है। माता जी हर वेले इस तरह मेरे हर एक हरकत उत्ते पैरा रखते हैं, जिवें मैं कितें उड़ी जाना है। उन्होंने इस न्याय नूं सहिंदिआं सहिंदिआं मेरा दिल पत्थर हो गया। हर वेले मेरे सोत्र सुके रहिंदे ने, हर घड़ी मैनूं इहो डर खांदा रहिंदा है कि जरा जिन्नी भी माता जी की मर्जी के विरुद्ध कोई हरकत मैं तो हो गई तो कदी कोई ना कोई कारा कर बैणगे। तुहानूं कीड़ी कीड़ी गल दसां मदन जी? कदी जवानी वेले उन्हां दे दिल नूं कोई चोट लगी सी जिस करके उन्हां दा दिल हिल गया? उन्हां दी बीमारी नूं सिर्फ मैं ही समझ सकदी हाँ। कई बार वो ऐसियां हरकतां कर बैठते हैं कि मैं डर नाल कंब उठती हाँ। असल च मेरी माँ बड़े चंगे दिल वाली जनानी सी। वो एक कवित्री सी, देश भगति के जज्बिया नाल भरपूर, तो बड़े उच्चे ख्यालों वाली। पर जिंदगी दियां ठोकरां ने उहदा यह हाल करता। तुसीं जिहड़े काले दाग माता जी के मूँह ते वेखदे हो, पता जी कीकण पए ने? एक वारी उन्हां जाण बुझ के अपने चेहरे उत्ते तेजाब छिड़क लिया सी। इस तरह एक बारी कुछ दंद पटवा के मूँह का हुलिया बिगाड़ लिया। इतों तक मदन कंब उठिया कि उन्हां दी दिमागी हालत इतों तक पहुँच गई। दिमागी हालत तो छोटे दे कई होर भी सबब है, वह कि यह तो मैं दस नहीं सकती। शायद ये गल भी तेरे प्राण नाल तलक रखती हुई। जी हाँ, तो मैं इस तो वध कुछ ना दस जिहदा संबंध तेरे प्राण नाल है। मैं जानती हाँ वह मैं जिहड़ा वह बड़ा प्यार करते ने, पर यह प्यार मैनू किन्ना महंगा पैंदा इहनू मैं ही जानती हाँ। माता जी के दिमाग
ਸਭ ਤੋਂ ਵੱਡਾ ਜਿਹੜਾ ਫਤੂਰ ਸਮਾਇਆ ਉਹ ਹੈ ਆਪਣੇ ਖਾਨਦਾਨ ਨੂੰ ਵੱਡਾ ਜ਼ਾਹਰ ਕਰਨ, ਹਰ ਇੱਕ ਉੱਤੇ ਆਪਣੀ ਅਮੀਰੀ ਦੀ ਧਾਂਕ ਜਮਾਉਣੀ। ਇਸੇ ਕਰਕੇ ਉਹਨਾਂ ਦੀ ਦਿਖਾਵੇ ਦੀ ਆਦਤ ਇੰਨੀ ਵੱਧ ਗਈ ਹੈ, ਤੁਹਾਨੂੰ ਕੀ ਦੱਸਾਂ। ਰੇਸ਼ਮ ਜਿਹੜਾ ਮੈਂ ਹੰਢਾਉਂਦੀਆਂ ਜਾਂ ਨੁਮਾਇਸ਼ੀ ਰੰਗ ਰੋਗਨ ਆਪਣੇ 'ਤੇ ਚੜ੍ਹਾਈ ਰੱਖਦੀ ਹਾਂ ਕਿ ਇਹ ਮੇਰੀ ਮਰਜ਼ੀ ਨਾਲ ਹੁੰਦਾ? ਸੱਚ ਪੁੱਛੋ ਤਾਂ ਇਹੋ ਚੀਜ਼ ਹੈ ਜਿਹੜੀ ਮੇਰੇ ਲਈ ਸਭ ਤੋਂ ਜ਼ਿਆਦਾ ਤਕਲੀਫਦੇਹ ਹੈ। ਕੀ ਕਰਾਂ, ਕਿਹਨੂੰ ਦੱਸਾਂ ਆਪਣੇ ਦਿਲ ਦੀ ਹਾਲਤ? ਮਦਨ ਪੂਰੇ ਧਿਆਨ ਨਾਲ ਉਰਵਸ਼ੀ ਦੀਆਂ ਗੱਲਾਂ ਸੁਣ ਰਿਹਾ ਸੀ। ਉਹਨੇ ਪੁੱਛਿਆ, ਪਰ ਉਰਵਸ਼ੀ ਇਹ ਕਰਨ ਤੋਂ ਉਹਨਾਂ ਦਾ ਕੀ ਮਤਲਬ? ਮਤਲਬ ਉਹਨਾਂ ਦਾ ਇਹੋ ਹੈ ਕਿ ਮੈਨੂੰ ਉਹ ਕਿਸੇ ਬਹੁਤ ਵੱਡੇ ਅਮੀਰ ਨਾਲ ਵਿਆਹ ਸਕਣ। ਉਹਨਾਂ ਦਾ ਖਿਆਲ ਮੈਨੂੰ ਵੱਧ ਤੋਂ ਵੱਧ ਸੁਖੀ ਬਣਾਉਣ ਦਾ, ਪਰ ਕੀ ਇਸ ਤਰ੍ਹਾਂ ਮੈਂ ਸੁਖੀ ਹੋਵਾਂਗੀ? ਪਰ ਤੂੰ ਉਹਨਾਂ ਨੂੰ ਦੱਸ ਕਿਉਂ ਨਹੀਂ ਦਿੰਦੀ? ਕਿਹਨੂੰ ਦੱਸਾਂ, ਕੌਣ ਸੁਣਦਾ ਮੇਰੀ ਗੱਲ? ਇੱਕ ਜਨੂਨੀ ਨੂੰ ਕੋਈ ਸਮਝਾ ਸਕਦਾ? ਜੇ ਸਮਝਾਉਣ ਬੁਝਾਉਣ ਨਾਲ ਉਹਨਾਂ ਦਾ ਦਿਮਾਗ ਠੀਕ ਹੋ ਸਕਦਾ ਹੁੰਦਾ ਤਾਂ ਕਿ ਹਾਲਤ ਇੱਥੋਂ ਤੱਕ ਪਹੁੰਚਦੀ? ਉਦਨ ਸਿਨਮੇ ਹਾਲ ਅੱਗੇ ਅਸੀਂ ਤਿੰਨਾਂ 'ਚੋਂ ਹੋਰ ਕਿਸੇ ਨੇ ਭਾਵੇਂ ਤੁਹਾਨੂੰ ਵੇਖਿਆ ਹੋਵੇ ਨਾ, ਪਰ ਮੈਂ ਤਾਂ ਤੁਹਾਨੂੰ ਤੱਕ ਲਿਆ ਸੀ। ਤੁਸੀਂ ਵੀ ਜ਼ਰੂਰ ਆਪਣੇ ਉਸ ਦੋਸਤ ਨਾਲ ਸਾਨੂੰ ਦੋਵਾਂ ਮਾਵਾਂ ਧੀਆਂ ਨੂੰ ਤੱਕਿਆ। ਮਾਫ਼ ਕਰਨਾ ਜੇ ਮੈਂ ਤੁਹਾਡੇ ਦੋਸਤ ਦੀ ਨਿੰਦਿਆ ਕਰ ਰਹੀ ਹਾਂ, ਉਹ ਆਦਮੀ ਮੈਨੂੰ ਫੁੱਟੀ ਅੱਖ ਨਹੀਂ ਪਾਉਂਦਾ। ਹੱਦ ਦਰਜੇ ਦਾ ਦਿਖਾਵੇਬਾਜ਼ ਅਤੇ ਅੱਡੀ ਤੋਂ ਚੋਟੀ ਤੱਕ ਹੰਕਾਰ ਦੀ ਹਵਾ ਨਾਲ ਤੂਸਿਆ ਹੋਇਆ, ਅਤੇ ਮਾਤਾ ਜੀ ਅੱਜ ਕੱਲ੍ਹ ਉਸ ਉੱਤੇ ਬੇਹੱਦ ਰੀਝੇ ਹੋਏ ਨੇ। ਪਤਾ ਜੀ ਕਿਉਂ? ਮੈਂ ਇਸ ਵੇਲੇ ਤੁਹਾਡੇ ਕੋਲ ਆਈ ਹਾਂ, ਜਾਣਦਾ। ਮਦਨ ਬੋਲਿਆ, ਤੂੰ ਮੈਨੂੰ ਅਲਵਿਦਾ ਕਹਿਣ ਆਈ ਹੈ? ਇਹ ਗੱਲ ਤਾਂ ਮੈਂ ਤੇਰੀ ਉਂਗਲ ਵਿੱਚ ਪਈ ਹੋਈ ਉਹ ਮੁੰਦਰੀ ਵੇਖ ਕੇ ਸਮਝ ਲਈ ਹੈ। ਉਸੇ ਮੁੰਦਰੀ ਨੇ ਤਾਂ ਅੱਜ ਮੈਨੂੰ ਤੁਹਾਡੇ ਪਾਸ ਲਿਆਂਦਾ। ਕਾਸ਼ ਉਸ 'ਚ ਹੀਰਿਆਂ ਦੀ ਥਾਂ ਕੁਚਲੇ ਦੇ 3 ਬੀਜ ਜੜੇ ਹੁੰਦੇ, ਜਿਨ੍ਹਾਂ ਨੂੰ ਖਾ ਕੇ ਮੈਂ ਹਮੇਸ਼ਾ ਲਈ ਆਉਣ ਵਾਲੀ ਸਹਿਮਾਂ ਤੋਂ ਛੁੱਟ ਜਾਂਦੀ। ਕਹਿੰਦੀ ਉਰਵਸ਼ੀ ਇੱਕ ਵਾਰੀ ਫਿਰ ਭਵਿੱਖ ਦੇ ਕਿਸੇ ਵਿਨਾਸ਼ਕਾਰੀ ਸਹਿਮ 'ਚ ਗੁੰਮ ਹੋ ਗਈ। ਉਹ ਫਿਰ ਆਪਣੀ ਮੁੱਢਲੀ ਗੱਲ ਵੱਲ ਆਉਂਦੀ ਬੋਲੀ, ਮਾਤਾ ਜੀ ਦੀ ਦਿਮਾਗੀ ਖਰਾਬੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਇਹ ਉਹਨਾਂ ਨੇ ਜਿੰਨਾ ਵੀ ਭੈੜ ਬਣਾਇਆ ਹੋਇਆ ਸਾਰਾ ਝੂਠਾ, ਨਾ ਸਾਡੇ ਕਿਸੇ ਵੱਡੇ ਖਾਨਦਾਨ ਨਾਲ ਤੁਲਕ ਹੈ, ਨਾ ਸਾਡੇ ਕੋਲ ਦੌਲਤ ਦੇ ਅੰਬਾਰ ਲੱਗੇ ਹੋਏ ਨੇ, ਇਹ ਸਭ ਧੋਖਾ ਹੈ। ਮਦਨ ਜੀ, ਕਿਸ ਤਰ੍ਹਾਂ ਮੈਂ ਮਾਤਾ ਜੀ ਨੂੰ ਸਮਝਾਵਾਂ ਕਿ ਉਹਨਾਂ ਦੀ ਇਹ ਭੈੜ ਬਹੁਤਾ ਚਿਰ ਕਾਇਮ ਨਹੀਂ ਰਹਿ ਸਕੇਗਾ ਅਤੇ ਇਹਦਾ ਫਲ ਛੇਕੜ ਮੈਨੂੰ ਭੁਗਤਣਾ ਪਏਗਾ? ਇਸ ਵੇਲੇ ਸਾਡੇ ਕੋਲ ਇੱਕ ਆਪਣੇ ਰਹਿਣ ਵਾਲਾ ਮਕਾਨ ਹੈ, ਇੱਕ ਉਹ ਸਾਹਮਣੇ ਖੋਲ੍ਹਾ ਹੈ, ਇਹ ਦੋਵੇਂ ਮੇਰੇ ਨਾਂ ਰਜਿਸਟਰੀ ਹੋਏ ਨੇ। ਬਾਕੀ ਹੋਰ ਜੋ ਨਕਦੀ ਸੀ ਉਹ ਤਕਰੀਬਨ ਖਤਮ ਹੋ ਗਈ ਹੈ। ਮਾਤਾ ਜੀ ਇਸੇ ਕਰਕੇ ਮੇਰੇ ਵਿਆਹ ਲਈ ਉਤਾਵਲੇ ਨੇ ਕਿ ਬਾਕੀ ਰਹਿੰਦਾ ਖੁੰਦਾ ਮੁੱਕਣ ਤੋਂ ਪਹਿਲਾਂ ਮੈਨੂੰ ਕਿਸੇ ਲੱਖਾਂ ਪਤੀ ਦੀ ਵਹੁਟੀ ਬਣਾ ਦੇ। ਅਤੇ ਜੇ ਮੈਂ ਉਹਨਾਂ ਨੂੰ ਸਮਝਾਉਂਦੀ ਹਾਂ ਕਿ ਮਾਤਾ ਜੀ ਇਹਦਾ ਨਤੀਜਾ ਕੀ ਹੋਏਗਾ, ਤਾਂ ਉਹ ਆਪਣਾ ਗਲਾ ਘੁੱਟਣ ਨੂੰ ਤਿਆਰ ਹੋ ਪੈਂਦੇ ਨੇ। ਮਦਨ ਦੀਆਂ ਅੱਖਾਂ 'ਚ ਤਰਸ ਭਰਿਆ ਹੋਇਆ ਸੀ। ਉਹਨੇ ਡਰ ਕੇ ਪੁੱਛਿਆ, ਫੇਰ ਦਾ ਮੈਨੂੰ ਪਤਾ ਨਹੀਂ, ਖਬਰੇ ਮੇਰੀ ਕਿਸਮਤ ਮੈਨੂੰ ਕਿਹੜੇ ਪਾਣੀਆਂ 'ਚ ਡੋਬਣਾ ਚਾਹੁੰਦੀ ਹੈ। ਰਾਤੀ ਜਦ ਪ੍ਰਕਾਸ਼ ਸਾਡੇ ਘਰੋਂ ਚਲਾ ਗਿਆ ਤਾਂ ਮਾਤਾ ਜੀ ਦੇ ਸਾਹਮਣੇ ਮੇਰੇ ਮੂੰਹੋਂ ਕੁਝ ਇਸ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਨਿਕਲ ਗਈਆਂ। ਫਿਰ ਕੀ ਹੋਇਆ? ਮਦਨ ਨੇ ਹੋਰ ਡਰ ਕੇ ਪੁੱਛਿਆ। ਹੋਣਾ ਕੀ ਸੀ? ਮੈਂ ਸਾਰਾ ਜ਼ੋਰ ਲਾ ਕੇ ਮਾਤਾ ਜੀ ਨੂੰ ਕਾਬੂ ਨਾ ਕਰ ਲੈਂਦੀ ਤਾਂ ਉਹਨਾਂ ਨੇ ਕੋਠੇ ਤੋਂ ਛਾਲ ਮਾਰ ਕੇ ਚੱਕਣਾ ਚੂਰ ਹੋ ਜਾਣਾ ਸੀ। ਉਹ ਇੱਥੋਂ ਤੱਕ? ਮਦਨ ਨੇ ਖੌਫ 'ਚ ਡੁੱਬ ਕੇ ਕਿਹਾ। ਮਦਨ ਜੀ, ਉਰਵਸ਼ੀ ਕਿਸੇ ਡੂੰਘੇ ਸੰਤਾਪ 'ਚ ਪੰਘਰ ਕੇ ਬੋਲੀ, ਮੈਨੂੰ ਨਹੀਂ ਪਤਾ ਲੱਗਦਾ ਜੋ ਕੀ ਕਰਾਂ। ਰੱਬ ਦੇ ਵਾਸਤੇ ਕੋਈ ਬਚਣ ਦੀ ਤਰਕੀਬ ਦੱਸੋ ਮੈਨੂੰ। ਹੁਣ ਉਰਵਸ਼ੀ ਰੋ ਰਹੀ ਸੀ ਅਤੇ ਮਦਨ ਉਹਦੇ ਅੱਥਰੂ ਪੂੰਝ ਰਿਹਾ ਸੀ। ਮਦਨ ਜੀ, ਉਰਵਸ਼ੀ ਜਿਵੇਂ ਕਿਸੇ ਭੁੱਲੀ ਗੱਲ ਦੇ ਯਾਦ ਆ ਜਾਣ ਨਾਲ ਬੋਲੀ, ਤੁਸੀਂ ਸੱਚਮੁੱਚ ਕੱਲ੍ਹ ਜਾ ਰਹੇ ਹੋ? ਕੀ ਦੱਸਾਂ ਉਰਵਸ਼ੀ, ਪਿਆਰ ਅਤੇ ਤਰਸ ਭਰੀਆਂ ਅੱਖਾਂ ਉਰਵਸ਼ੀ ਉੱਤੇ ਗੱਡੀ। ਮਦਨ ਬੋਲਿਆ, ਮਲਕ ਹੋਰਾਂ ਦੀ ਚਿੱਠੀ ਵਿੱਚੋਂ ਤੂੰ ਉਹਨਾਂ ਦੀ ਹਾਲਤ ਪੜ੍ਹ ਹੀ ਲਈ ਹੋਏਗੀ, ਤਾਂ ਜਾਓ। ਉਰਵਸ਼ੀ ਨੇ ਹੁਸਲ ਕੇ ਕਿਹਾ, ਇੱਕ ਦਿਨ ਤੁਸੀਂ ਕਿਸੇ ਗੁਆਚੇ ਨੂੰ ਲੱਭਣ ਲਈ ਕਲਕੱਤੇ ਗਏ ਸੋ ਨਾ, ਹੁਣ ਤੁਸੀਂ ਮੇਰੀ ਲੱਭੀ ਹੋਈ ਚੀਜ਼ ਨੂੰ ਗੁਆਚਣ ਲਈ ਦਿੱਲੀ ਜਾ ਰਹੇ ਹੋ। ਉਰਵਸ਼ੀ, ਉਹਦੇ ਦੋਵੇਂ ਹੱਥ ਫੜ ਕੇ ਮਦਨ ਚਿੱਲਾਇਆ, ਤੂੰ ਕੀ ਕਹਿ ਰਹੀ ਹੈ? ਤਾਂ ਮੈਂ ਨਹੀਂ ਜਾਂਦਾ। ਰੱਬ ਦੇ ਵਾਸਤੇ ਇਹ ਲਫ਼ਜ਼ ਫਿਰ ਨਾ ਜ਼ਬਾਨ 'ਤੇ ਲਿਆਈ, ਮੇਰੀਆਂ ਅੱਖਾਂ ਖੋਲ੍ਹ ਕੇ ਹੁਣ ਸਦਾ ਲਈ ਬੰਦ ਨਾ ਕਰ ਦੇ, ਦੱਸ ਤੂੰ ਕੀ ਚਾਹੁੰਦੀ ਹੈ? ਨਹੀਂ, ਤੁਸੀਂ ਜਾਓ ਮਦਨ ਜੀ, ਉਸ ਵਿਚਾਰੇ ਦੀ ਜਾਨ ਬਚਾਓ ਕਿਸੇ ਤਰ੍ਹਾਂ, ਮੈਨੂੰ ਮੇਰੀ ਹਾਲਤ ਹੀ ਛੱਡ ਦਿਓ, ਕੀ ਪਤਾ ਉਹ ਤੁਹਾਡੇ ਮੂੰਹ ਨੂੰ ਤਰਸਦਾ ਹੀ ਦੁਨੀਆ ਤੋਂ ਚਲਾ ਜਾਏ। ਪਰ ਤੇਰੀ ਬੇੜੀ ਨੂੰ ਮਝਧਾਰ 'ਚ ਛੱਡ ਕੇ ਚਲਾ ਜਾਵਾਂ, ਇਹ ਕਿਸ ਤਰ੍ਹਾਂ ਹੋ ਸਕਦਾ ਮੈਥੋਂ? ਪਰ ਬੇੜੀ ਤਾਂ ਇੱਕ ਦਿਨ ਡੁੱਬਣਾ ਹੀ ਹੈ, ਇਹਨੂੰ ਮੈਂ ਹੁਣ ਤੋਂ ਨਹੀਂ ਬਾਹਰ ਬਹੁਤ ਪਹਿਲਾਂ ਤੋਂ ਜਾਣਦੀ ਹਾਂ। ਮੇਰੀ ਬੇੜੀ ਨੂੰ ਡੁੱਬਣ ਦੀਆਂ ਤਿਆਰੀਆਂ ਅੱਜ ਤੋਂ ਨਹੀਂ ਉਸੇ ਦਿਨ ਤੋਂ ਕੀਤੀਆਂ ਜਾ ਰਹੀਆਂ ਨੇ ਜਦ ਤੋਂ ਮੈਂ ਹੋਸ਼ ਸੰਭਾਲੀ ਹੈ। ਕੌਣ ਹੈ ਉਰਵਸ਼ੀ ਤੇਰੀ ਬੇੜੀ ਨੂੰ ਡੋਬਣ ਵਾਲਾ? ਉਹ ਜਿਹਦੇ ਖਿਲਾਫ ਮੈਂ ਇੱਕ ਲਫ਼ਜ਼ ਵੀ ਜ਼ਬਾਨ 'ਤੇ ਨਹੀਂ ਲਿਆ ਸਕਦੀ, ਮੇਰੀ ਮਾਂ। ਮਦਨ ਪੂਰੇ ਜੋਸ਼ 'ਚ ਬੋਲਿਆ, ਨਹੀਂ ਇਹ ਨਹੀਂ ਹੋ ਸਕਦਾ ਉਰਵਸ਼ੀ, ਮੈਂ ਤੁਹਾਨੂੰ ਡੁੱਬਣ ਨਹੀਂ ਦਿਆਂਗਾ। ਤੁਸੀਂ ਮੈਨੂੰ ਬਚਾ ਨਹੀਂ ਸਕਦੇ ਮਦਨ ਜੀ, ਕੋਈ ਵੀ ਨਹੀਂ ਬਚਾ ਸਕਦਾ, ਮੈਂ ਜ਼ਰੂਰ ਡੁੱਬਾਂਗੀ। ਉਰਵਸ਼ੀ, ਕੀ ਪ੍ਰਕਾਸ਼ ਨਾਲ ਤੇਰਾ ਰਿਸ਼ਤਾ ਪੱਕਾ ਹੋ ਚੁੱਕਾ ਹੈ? ਪੱਕਾ ਹੀ ਸਮਝੋ, ਇਨਕਾਰ ਲਈ ਕੋਈ ਥਾਂ ਨਹੀਂ। ਜੇ ਇਨਕਾਰ ਕੀਤਾ ਤਾਂ ਮਾਤਾ ਜੀ ਦੀ ਜ਼ਿੰਦਗੀ ਤੋਂ ਹੱਥ ਧੋਣੇ ਪੈਣਗੇ।
ਤੁਹਾਨੂੰ ਮੈਂ ਦੱਸਿਆ ਹੈ ਕਿ ਰਾਤੀ ਸਾਡਾ ਮਾਵਾਂ ਧੀਆਂ ਦਾ ਫਿਰ ਤਕਰਾਰ ਹੋ ਗਿਆ ਸੀ। ਪ੍ਰਕਾਸ਼ ਜਦ ਸਾਡੇ ਘਰੋਂ ਚਲਾ ਗਿਆ ਤਾਂ ਮੇਰੇ ਕੋਲੋਂ ਇੱਕ ਗਲਤੀ ਹੋ ਗਈ, ਬੇਸਮਝੀ ਜਾਂ ਜੋਸ਼ 'ਚ ਮੇਰੇ ਮੂੰਹ ਨਿਕਲ ਗਿਆ ਕਿ ਮੈਂ ਇਸ ਆਦਮੀ ਦੀ ਸ਼ਕਲ ਵੇਖਣ ਤੋਂ ਬੇਜ਼ਾਰ ਹਾਂ। ਬਸ ਇੰਨੀ ਗੱਲ ਤੋਂ ਮੇਰੇ ਮੂੰਹੋਂ ਨਿਕਲਣਾ ਸੀ ਕਿ ਮਾਤਾ ਜੀ ਨੂੰ ਚੰਡਾਲ ਚੜ੍ਹ ਗਿਆ। ਮੇਰੇ ਫੜਦਿਆਂ ਫੜਦਿਆਂ ਉਹਨਾਂ ਮੱਥਾ ਲਹੂ ਲੁਹਾਨ ਕਰ ਲਿਆ। ਮਦਨ ਜੀ, ਇਹ ਦੁਖਦਾਈ ਗੱਲਾਂ ਮੈਂ ਤੁਹਾਨੂੰ ਸੁਣਾਉਣੀਆਂ ਨਹੀਂ ਸੀ ਚਾਹੁੰਦੀ, ਪਰ ਮੈਨੂੰ ਪਤਾ ਸੀ ਹੁਣ ਤੁਸੀਂ ਮੈਨੂੰ ਕਦੇ ਨਹੀਂ ਮਿਲੋਗੇ, ਇਸ ਲਈ ਅੱਜ ਹੱਸਦਿਆਂ ਹੱਸਦਿਆਂ ਤੁਹਾਨੂੰ ਵਿਦਾ ਕਰਨ ਲਈ ਆਈ ਹਾਂ। ਪਰ ਅਤੇ ਉਰਵਸ਼ੀ ਨੇ ਆਪਣੇ ਕੰਬਦੇ ਹੋਠਾਂ ਨੂੰ ਦੰਦਾਂ ਹੇਠ ਦੇ ਕੇ ਹੰਝੂਆਂ ਦੀ ਝੜੀ ਲਾ ਦਿੱਤੀ। ਉਰਵਸ਼ੀ, ਮਦਨ ਅੱਖਾਂ ਛਲਕਾਈ ਉਹਨੂੰ ਕਹਿਣ ਲੱਗਾ, ਇੰਨੀ ਨਿਰਾਸ਼ਤਾ, ਮੈਂ ਸਮਝ ਰਿਹਾ ਤੇਰੇ ਦਿਲ ਦੀ ਪੀੜ ਨੂੰ, ਪਰ ਮੁੜ ਖਿੜ ਕੇ ਇਹੋ ਹੀ ਕਹਾਂਗਾ ਕਿ ਮਾਤਾ ਜੀ ਨੂੰ ਬਚਾਉਣਾ ਹੀ ਤੇਰਾ, ਮਾਤਾ ਜੀ ਨੂੰ ਬਚਾਵਾਂਗੀ। ਐਤਕੀ ਜਿਵੇਂ ਉਰਵਸ਼ੀ ਦੇ ਦਿਲ ਦਾ ਕੱਜਿਆ ਹੋਇਆ ਪਾਸਾ ਬਿਨਾਂ ਜਾਣਿਆ ਨੰਗਾ ਹੋ ਗਿਆ। ਮਾਤਾ ਜੀ ਦਾ ਮੇਰੇ ਉੱਤੇ ਹਰ ਤਰ੍ਹਾਂ ਦਾ ਹੱਕ ਹੈ, ਉਹ ਜੇ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਲਈ ਤੁਲੇ ਨੇ ਤਾਂ ਕੋਈ ਗੱਲ ਨਹੀਂ, ਮੈਂ ਉਹਨਾਂ ਦੇ ਸਿਰ ਚੜ੍ਹ ਕੇ ਇਹ ਬਾਜੀ ਵੀ ਖੇਡ ਲਵਾਂਗੀ। ਮੈਂ ਆਪਣੀਆਂ ਸਧਰਾਂ ਦਾ ਆਪਣੇ ਹੱਥੀਂ ਗਲਾ ਘੁੱਟਣ ਲਈ ਤਿਆਰ ਹਾਂ। ਮੈਂ ਅੱਜ ਮਦਨ ਜੀ ਇਸ ਲਈ ਤੁਹਾਡੇ ਕੋਲ ਆਈ ਹਾਂ ਕਿ ਆਪਣੀ ਨਿਰਾਸ਼ਤਾ ਉੱਤੇ ਮੋਹਰ ਲਾ ਦਿਆਂ। ਧੋਖੇ ਫਰੇਬ ਦੀ ਜਿਸ ਢਲਵਾਨ ਵੱਲ ਮੈਨੂੰ ਧੱਕਿਆ ਜਾ ਰਿਹਾ, ਅੱਖਾਂ ਮਿਟ ਕੇ ਉਸ ਵੱਲ ਰਿੜ ਪਵਾਂ, ਮੈਨੂੰ ਪ੍ਰਕਾਸ਼ ਦੀ ਲੜ ਲੱਗਣਾ ਹੀ ਪਏਗਾ। ਮਦਨ ਦੀਆਂ ਅੱਖਾਂ ਅੱਗੋਂ ਭੁਲੇਖੇ ਦੀ ਕੰਧ ਹਟ ਚੁੱਕੀ ਸੀ ਅਤੇ ਉਹਦੀ ਥਾਂ ਹੁਣ ਉਹਦੀਆਂ ਅੱਖਾਂ ਵੇਖ ਰਹੀਆਂ ਸੀ ਨਿਰੋਲ ਪਿਆਰ ਅਤੇ ਪਵਿੱਤਰਤਾ ਦੀ ਜਗਦੀ ਜੋਤ ਨੂੰ। ਉਹ ਬੋਲਿਆ, ਉਰਵਸ਼ੀ, ਮੈਂ ਜਾਣਦਾ ਤੇਰਾ ਤਿਆਗ ਲਾਸਾਨੀ ਹੈ, ਪਰ ਕੀ ਇਹ ਤੈਨੂੰ ਯਕੀਨ ਹੋ ਚੁੱਕਿਆ ਕਿ ਪ੍ਰਕਾਸ਼ ਨਾਲ ਤੂੰ ਸੁਖੀ ਨਹੀਂ ਰਹਿ ਸਕੇਂਗੀ? ਸੁਖੀ ਤੋਂ ਤੁਹਾਡੀ ਕੀ ਮੁਰਾਦ ਹੈ ਮਦਨ ਜੀ? ਉਰਵਸ਼ੀ ਦੀਆਂ ਅੱਖਾਂ 'ਚ ਕੋਈ ਚੰਗਿਆੜੀ ਚਮਕ ਉੱਠੀ। ਕੀ ਤੁਸੀਂ ਸਮਝਦੇ ਹੋ ਕਿ ਸੋਨਾ ਮੋਤੀ ਮੈਨੂੰ ਸੁਖੀ ਬਣਾ ਸਕਣਗੇ? ਮੇਰੇ ਸੁੱਖਾਂ ਦੀ ਪੂੰਜੀ ਕਿਸੇ ਹੋਰ ਥਾਂ ਹੈ, ਉਹ ਸਿਰ ਦੇ 'ਚ ਜਿੱਥੇ ਵਤਨ ਪਿਆਰ ਦੇ ਵਲਵਲੇ ਨੇ, ਜਿਹਦੇ ਗੀਤਾਂ ਦੇ ਇੱਕ ਇੱਕ ਸ਼ਬਦ ਵਿੱਚ ਦੇਸ਼ ਦਾ ਪਿਆਰ ਧੜਕ ਰਿਹਾ, ਜਿਹੜਾ ਦਿਲ ਮਨੁੱਖਤਾ ਦੇ ਦਰਦ ਨਾਲ ਭਰੋਤਾ ਪਿਆ। ਉਰਵਸ਼ੀ, ਮਦਨ ਬੇਬਲ ਆਵਾਜ਼ 'ਚ ਬੋਲਿਆ, ਇਸ 'ਚ ਬਹੁਤ ਸਾਰਾ ਮੁਬਾਲਗਾ ਹੈ। ਸੱਚ ਕਹਿਣਾ, ਤੇਰੇ ਦਿਲ ਨੇ ਮੇਰੀ ਤਸਵੀਰ ਗਲਤ ਬਣਾਈ ਹੈ। ਮੇਰੀ ਬਣਾਈ ਹੋਈ ਤਸਵੀਰ ਕਦੀ ਗਲਤ ਨਹੀਂ ਹੋ ਸਕਦੀ, ਅਤੇ ਇਸ ਤਸਵੀਰ ਨੂੰ ਤੁਹਾਡੇ ਮਲਕ ਜੀ ਦੀਆਂ ਚਿੱਠੀਆਂ ਨੇ ਹੋਰ ਵੀ ਉਘੇੜ ਦਿੱਤਾ, ਜਿਨ੍ਹਾਂ ਨੂੰ ਮੈਂ ਹੁਣੇ ਪੜ੍ਹ ਕੇ ਹਟੀਆਂ। ਮੈਂ ਮਲਕ ਜੀ ਦੇ ਉਹ ਸ਼ਬਦ ਵੀ ਪੜ੍ਹੇ ਨੇ ਜਿਨ੍ਹਾਂ ਰਾਹੀਂ ਉਹਨਾਂ ਤੁਹਾਨੂੰ ਜੀਵਨ ਸਾਥੀ ਚੁਣਨ ਦਾ ਇਸ਼ਾਰਾ ਕੀਤਾ। ਖੈਰ, ਮੇਰੇ ਦਿਲ ਦੀ ਤਸਵੀਰ ਮੇਰੀ ਚੀਜ਼ ਹੈ, ਇਸ ਉੱਤੇ ਤੁਸੀਂ ਨੁਕਤਾਚੀਨੀ ਨਹੀਂ ਕਰ ਸਕਦੇ, ਪਰ ਇੱਕੋ ਗੱਲ ਤੁਹਾਨੂੰ ਦੱਸਦੇ ਹਾਂ ਕਿ ਇਹ ਤਸਵੀਰ ਹੁਣ ਮਿਟ ਨਹੀਂ ਸਕਦੀ, ਮੌਤ ਵੀ ਇਹਨੂੰ ਨਹੀਂ ਮਿਟਾ ਸਕੇਗੀ। ਮਦਨ ਇਸ ਵੇਲੇ ਕਿਸੇ ਅੱਤ ਡੂੰਘੀ ਅਤੇ ਨਿਰਵਾਕ ਹਾਲਤ 'ਚ ਜਾ ਪਹੁੰਚਿਆ। ਉਰਵਸ਼ੀ ਨੇ ਜਦ ਗੱਲ ਖਤਮ ਕੀਤੀ ਤਾਂ ਉੱਤਰ 'ਚੋਂ ਨਹੀਂ ਬੋਲਿਆ, ਬੋਲ ਸਕਿਆ ਹੀ ਨਹੀਂ। ਉਰਵਸ਼ੀ ਨੇ ਮੁੜ ਕਹਿਣਾ ਸ਼ੁਰੂ ਕੀਤਾ, ਆਪਣੇ ਮਿੱਤਰ ਦੀ ਨਿੰਦਿਆ ਸੁਣ ਕੇ ਸ਼ਾਇਦ ਤੁਹਾਨੂੰ ਗੁੱਸਾ ਲੱਗੇ। ਮਿਸ਼ਰਾਣੀ ਨੂੰ ਕਹਿੰਦਿਆਂ ਮੈਂ ਸੁਣਿਆ ਸੀ ਕਿ ਪ੍ਰਕਾਸ਼ ਤੁਹਾਡਾ ਦੋਸਤ ਹੈ, ਪਰ ਮੈਂ ਉਸ ਬਾਬਤ ਹੋਰ ਪਾਸਿਆਂ ਤੋਂ ਜੋ ਕੁਝ ਸੁਣ ਚੁੱਕੀ ਹਾਂ ਉਹਦਾ ਮਤਲਬ ਇਹ ਹੈ ਕਿ ਪ੍ਰਕਾਸ਼ ਇੱਕ ਪਰਲੇ ਦਰਜੇ ਦਾ ਲੋਫਰ ਆਦਮੀ ਹੈ। ਮੈਨੂੰ ਇਸ ਗੱਲ ਦਾ ਆਪਣੇ ਆਪ ਹੀ ਇੱਕ ਹੋਰ ਸਬੂਤ ਮਿਲ ਗਿਆ। ਫਿਲਮ ਦੇਖਦਿਆਂ ਇੰਟਰਵਲ ਤੋਂ ਬਾਅਦ ਜਦ ਅਸੀਂ ਤਿੰਨੋਂ ਸਿਨੇਮਾ ਹਾਲ 'ਚੋਂ ਬਾਹਰ ਆ ਰਹੇ ਸੀ ਤਾਂ ਦੋ ਉਪਰੇ ਆਦਮੀ ਕੁਝ ਕਹਿੰਦੇ ਹੋਏ ਮੇਰੇ ਲਾਗਿਓਂ ਲੰਘ ਗਏ। ਮੈਂ ਸਭ ਤੋਂ ਪਿੱਛੇ ਸੀ, ਜਿਸ ਕਰਕੇ ਉਹਨਾਂ ਦੀ ਇੰਨੀ ਕੁ ਆਵਾਜ਼ ਮੇਰੇ ਕੰਨਾਂ ਪੈ 'ਚ ਪੈ ਗਈ। ਇੱਕ ਕਹਿ ਰਿਹਾ ਸੀ, ਲੈ ਬਈ ਪ੍ਰਕਾਸ਼ ਨੇ ਅੱਜ ਨਵਾਂ ਮਾਲ ਅਟੇਰਿਆ ਹੈ, ਅਤੇ ਦੂਜੇ ਨੇ ਅੱਗੋਂ ਜਵਾਬ ਦਿੱਤਾ, ਰੰਗੀਲਾ ਆਦਮੀ ਹੈ, ਕੀ ਪਰਵਾਹ, ਰੋਜ਼ ਨਵੀਂ ਤੋਂ ਨਵੀਂ ਬੁਲਬੁਲ ਫਸਾ ਲੈਂਦਾ। ਚਲੋ, ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਦਿੰਦੀ ਹਾਂ, ਤੁਹਾਡੇ ਉੱਤੇ ਮੁਨਸਫੀ ਰਹੀ। ਤੁਸੀਂ ਵੀ ਉਸ ਬਾਬਤ ਕਾਫ਼ੀ ਕੁਝ ਜਾਣਦੇ ਹੋਵੋਗੇ, ਦੱਸੋ ਕੀ ਤੁਹਾਡੇ ਖਿਆਲ 'ਚੋਂ ਚੰਗਾ ਆਦਮੀ ਹੈ? ਮੈਂ ਜੇ ਦੱਸ ਸਕਦਾ ਹੁੰਦਾ ਤਾਂ ਸ਼ਾਇਦ ਅੱਜ ਤੋਂ ਪਹਿਲਾਂ ਹੀ ਸਭ ਕੁਝ ਤੈਨੂੰ ਦੱਸ ਦਿੱਤਾ ਹੁੰਦਾ, ਪਰ ਕੀ ਕਰਾਂ ਉਰਵਸ਼ੀ, ਮੈਂ ਵੀ ਤੇਰੇ ਵਾਂਗ ਇੱਕ ਧਰਮ ਸੰਕਟ ਦਾ ਬੱਧਾ ਹੋਇਆ। ਇਹ ਮੈਂ ਸਮਝਦੀ ਸੀ ਕਿ ਜ਼ਰੂਰ ਕਿਸੇ ਧਰਮ ਸੰਕਟ ਨੇ ਹੀ ਤੁਹਾਨੂੰ ਉਸ ਨਾਲ ਬੰਨਿਆ ਹੋਏਗਾ, ਨਹੀਂ ਤਾਂ ਦੈਂਤਾਂ ਅਤੇ ਦੇਵਤਿਆਂ ਦਾ ਸਾਥ ਕਦੇ ਨਿਭ ਸਕਦਾ? ਪ੍ਰਕਾਸ਼ ਆਪਣੇ ਵੱਲੋਂ ਤਾਂ ਸ਼ਾਇਦ ਇਹ ਸੋਚ ਕੇ ਮੈਨੂੰ ਅਤੇ ਮਾਤਾ ਜੀ ਨੂੰ ਪਿਕਚਰ ਵਿਖਾਉਣ ਲੈ ਗਿਆ ਸੀ ਕਿ ਇਸ ਬਹਾਨੇ ਉਹ ਆਪਣੀ ਅਮੀਰੀ ਦਾ ਰੂਪ ਪਾ ਸਕੇਗਾ। ਮਾਤਾ ਜੀ ਨੇ ਉਹਦਾ ਅਸਰ ਕਬੂਲਿਆ ਵੀ ਹੱਦ ਤੋਂ ਜ਼ਿਆਦਾ, ਪਰ ਮੇਰੀ ਹਾਲਤ ਨਾ ਪੁੱਛੋ। ਮਦਨ ਨੇ ਵਾਤਾਵਰਨ ਨੂੰ ਸੁਖਦਾਈ ਬਣਾਉਣ ਲਈ ਕਿਹਾ, ਗੋਇਆ ਤੂੰ ਉਸ ਵੇਲੇ ਆਪਣੇ ਆਪ ਨੂੰ ਹਮਰਾਹੀ ਵਾਲੀ ਗੋਪਾਂ ਤਸੱਵਰ ਕਰ ਰਹੀ ਸੈਂ। ਕਿਉਂ ਉਰਵਸ਼ੀ? ਉਰਵਸ਼ੀ ਬੋਲੀ, ਤਸੱਵਰ ਕਰਨ ਨਾਲ ਕੀ ਹੋ ਸਕਦਾ ਮਦਨ ਜੀ? ਗੋਪਾਂ ਲਈ ਅਨੂਪ ਸੀ, ਜਿਹਨੇ ਬਾਂਹ ਫੜ ਕੇ ਉਹਨੂੰ ਪਾਪ ਦੀ ਦੁਨੀਆ 'ਚੋਂ ਕੱਢ ਕੇ ਹਮਰਾਹੀ ਬਣਾ ਲਿਆ। ਪਰ ਉਰਵਸ਼ੀ ਕਿਹੜੇ ਮਨੁੱਖ ਦਾ, ਕਿਹੜੇ ਅਨੂਪ ਦਾ ਮਾਣ ਕਰੇ ਕਿ ਉਹਦਾ ਜਿਹੜਾ ਆਪਣੀ ਗੋਪਾਂ ਨੂੰ ਅੱਜ ਮੌਤ ਦੇ ਮੂੰਹ 'ਚ ਛੱਡ ਕੇ ਜਾ ਰਿਹਾ? ਕਹਿੰਦੇ ਉਰਵਸ਼ੀ ਨੇ ਫਿਰ ਠੰਡਾ ਸਾਹ ਭਰਿਆ।
ਮਦਨ ਦੇ ਦਿਲ ਨੇ ਝੂਠ ਖਾਧੀ ਬੋਲਿਆ ਅਨੂਪ ਨਹੀਂ, ਸਗੋਂ ਇਉਂ ਕਹਿ ਕੇ ਗੋਪਾਂ ਹੀ ਅਨੂਪ ਨੂੰ ਛੱਡ ਕੇ ਜਾ ਰਹੀ ਹੈ। ਉਰਵਸ਼ੀ ਸੰਜੀਦਗੀ ਦੇ ਗੂੜੇ ਰੰਗ 'ਚ ਬੋਲੀ, ਮੈਂ ਮਖੌਲ ਦਾ ਜਵਾਬ ਮਖੌਲ 'ਚ ਦੇਣ ਲਈ ਇਹ ਗੱਲ ਨਹੀਂ ਕਹੀ ਮਦਨ ਜੀ, ਉਂਝ ਜਾਣਦੀ ਹਾਂ ਕਿ ਮੈਂ ਤਾਂ ਤੁਹਾਨੂੰ ਛੱਡ ਕੇ ਜਾ ਰਹੀ ਹਾਂ, ਪਰ ਮੈਨੂੰ ਤਾਂ ਅੱਜ ਯਕੀਨ ਹੋ ਗਿਆ ਉਰਵਸ਼ੀ ਕਿ ਸਾਨੂੰ ਹੁਣ ਇੱਕ ਦੂਜੇ ਤੋਂ ਕੋਈ ਨਹੀਂ ਛੁਡਾ ਸਕਦਾ। ਸਰੀਰਕ ਤੌਰ 'ਤੇ ਵੱਖ ਹੋਣ ਦੀ ਹੁਣ ਮੈਨੂੰ ਜ਼ਰਾ ਵੀ ਪਰਵਾਹ ਨਹੀਂ, ਜਦਕਿ ਮੈਂ ਅੱਜ ਤੇਰੇ ਹਿਰਦੇ 'ਚ ਬਣੀ ਹੋਈ ਆਪਣੀ ਤਸਵੀਰ ਵੇਖ ਲਈ। ਮਦਨ ਅੱਜ ਵੀ ਆਪਣੀਆਂ ਕਮਜ਼ੋਰੀਆਂ ਨੂੰ ਅਖੋਲੇ ਨਹੀਂ ਕਰ ਸਕਦਾ, ਫਿਰ ਵੀ ਅੱਜ ਤੋਂ ਮੇਰੀ ਇਹ ਕੋਸ਼ਿਸ਼ ਹੋਏਗੀ ਕਿ ਮੈਂ ਉਸੇ ਤਸਵੀਰ ਵਰਗਾ ਨੂੰ ਬਣ ਕੇ ਦੱਸਾਂ ਜਿਹਨੂੰ ਮੇਰੀ ਗੋਪਾ ਨੇ ਆਪਣੇ ਹਿਰਦੇ 'ਚ ਥਾਂ ਦਿੱਤੀ ਹੈ। ਉਰਵਸ਼ੀ ਡਿੱਗਦੇ ਦਿਲ 'ਚ ਬੋਲੀ, ਮਦਨ ਤਾਂ ਜ਼ਰੂਰ ਅਨੂਪ ਬਣ ਸਕੇਗਾ, ਉਹ ਹੈ ਵੀ ਪਰਉਪਕਾਰੀ, ਪਰ ਉਰਵਸ਼ੀ ਕਦੇ ਵੀ ਗੋਪਾ ਨਹੀਂ ਬਣ ਸਕਦੀ। ਗੋਪਾ ਛੱਡ ਕੇ ਉਹ ਚੰਡੀਦਾਸ ਦੀ ਰਾਮੀ ਧੋਵਣ ਵੀ ਨਹੀਂ ਬਣ ਸਕਦੀ। ਮਦਨ ਇਸ ਵੇਲੇ ਸੰਸਾਰੀ ਪੱਧਰ ਤੋਂ ਚਿਹਰਾ ਹੋ ਕੇ ਰੂਹਾਨੀਅਤ ਦੇ ਕਿਸੇ ਵਿਸ਼ਾਲ ਮੰਡਲ 'ਚ ਉੱਡਦਾ ਮਹਿਸੂਸ ਕਰ ਰਿਹਾ ਸੀ। ਉਹ ਬੋਲਿਆ, ਤੇਰੀਆਂ ਬੁਝਾਰਤਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਉਰਵਸ਼ੀ, ਮੈਂ ਤਾਂ ਇੰਨਾ ਹੀ ਯਕੀਨ ਦਵਾ ਸਕਦਾ ਕਿ ਤੈਨੂੰ ਜਿਸ ਰੂਪ 'ਚ ਮੈਂ ਅੱਜ ਤੱਕਿਆ ਹੈ, ਇਹ ਮੇਰੀ ਪੂਜਾ ਦਾ ਕੇਂਦਰ ਹੈ। ਇੰਨੀ ਦਲੇਰੀ ਨਾ ਦਿਖਾਓ ਮਦਨ ਜੀ, ਉਰਵਸ਼ੀ ਨੇ ਲੜਖੜਾਉਂਦੀ ਹੋਈ ਆਵਾਜ਼ 'ਚ ਕਿਹਾ। ਸਮਾਜ ਦੇ ਜਿਸ ਕਲੰਕੀ ਦਰਖਤ ਦਾ ਮੈਂ ਫਲ ਹਾਂ, ਇਹਨੂੰ ਗੰਦਗੀ ਦੇ ਕੀੜੇ ਹੀ ਪਸੰਦ ਕਰ ਸਕਦੇ ਨੇ, ਦੇਵ ਲੋਕ ਦੇ ਵਾਸੀ ਨਹੀਂ। ਮਦਨ ਦੇ ਉਦਾਗਰ ਉਦਗਾਰ ਹੁਣ ਉਹਦੇ ਅੰਦਰ ਮਿਟਣੇ ਮੁਸ਼ਕਲ ਹੋ ਗਏ। ਬੋਲਿਆ, ਉਰਵਸ਼ੀ ਇਹ ਗੱਲ ਕਰਕੇ ਸ਼ਾਇਦ ਤੂੰ ਮੇਰੇ ਪਿਆਰ ਦੀ ਹਾਥ ਲੈ ਰਹੀ ਹੈ। ਮੈਂ ਜਾਣਦੀ ਹਾਂ ਤੁਹਾਡਾ ਪਿਆਰ ਤਦ ਹੀ ਅਡੋਲ ਹੈ ਜਦ ਤੱਕ ਮੇਰੀ ਜ਼ਿੰਦਗੀ ਦੀ ਮੁੱਢਲੀ ਕਹਾਣੀ ਤੁਹਾਡੇ ਸਾਹਮਣੇ ਨਹੀਂ ਆ ਜਾਂਦੀ। ਕਾਸ਼ ਉਹ ਕਹਾਣੀ ਮੈਂ ਤੁਹਾਨੂੰ ਸੁਣਾ ਸਕਦੀ। ਖੈਰ ਇਸ ਬਾਬਤ ਮੈਂ ਬਹੁਤਾ ਕੀ ਕਹਾਂ, ਕਦੀ ਵਕਤੀ ਸ਼ਾਇਦ ਦੱਸ ਸਕੇ। ਮੈਂ ਤਾਂ ਇੰਨਾ ਹੀ ਜਾਣਦਾ ਕਿ ਮੋਤੀ ਦਾ ਜਨਮ ਮੋਤੀ ਦੇ ਪੇਟੋਂ ਨਹੀਂ ਹੁੰਦਾ, ਨਾ ਹੀ ਕਮਲ ਦਾ ਜਨਮ ਫੁਲਵਾੜੀ 'ਚੋਂ। ਹੋ ਸਕਦਾ ਤੂੰ ਕਿਸੇ ਇਹੋ ਜਿਹੀ ਗੱਲ ਵੱਲ ਇਸ਼ਾਰਾ ਕਰ ਰਹੀ ਹੋਵੇਂ, ਪਰ ਮੈਂ ਜਿਸ ਮੋਤੀ ਨੂੰ ਵੇਖ ਪਰਖ ਲਿਆ ਹੈ, ਉਹ ਤੋਂ ਬਾਅਦ ਸਿੱਪੀਆਂ ਦੀ ਪੜਚੋਲ ਨਾਲ ਮੇਰਾ ਵਾਸਤਾ ਹੀ ਕੋਈ ਨਹੀਂ ਰਿਹਾ। ਮਦਨ ਜੀ, ਤੁਹਾਡਾ ਦਿਲ ਕਿੰਨਾ ਚੌੜਾ ਹੈ, ਦਿਲ ਦੀ ਚੁੜੱਤਣ ਨਾਪਣ ਦਾ ਵਕਤ ਅਜੇ ਨਹੀਂ ਆਇਆ। ਉਰਵਸ਼ੀ, ਪਰ ਜਿਹੜੀ ਤਾਕਤ ਅੱਜ ਤੂੰ ਮੈਨੂੰ ਦੇ ਚੱਲੀ ਹੈ, ਉਹਦੇ ਬਲਬੂਤੇ 'ਤੇ ਮੈਂ ਕਹਿ ਸਕਦਾ ਕਿ ਹੁਣ ਮੈਂ ਤੰਗ ਦਿੱਲੀ ਨੂੰ ਆਪਣੇ ਅੰਦਰ ਥਾਂ ਨਹੀਂ ਦਿਆਂਗਾ। ਅੱਜ ਤੱਕ ਮੈਂ ਇੱਕ ਭਾਰੀ ਭੁਲੇਖੇ 'ਚ ਸਾਂ। ਮੇਰੇ ਅੰਦਰ ਤੈਨੂੰ ਅਪਣਾਉਣ ਦੀ ਖਾਹਿਸ਼ ਸੀ ਜਿਹੜੀ ਹਰ ਵੇਲੇ ਮੈਨੂੰ ਬੇਆਰਾਮ ਰੱਖਦੀ ਸੀ, ਪਰ ਅੱਜ ਮੈਨੂੰ ਸਮਝ ਆਈ ਹੈ ਕਿ ਪਿਆਰ ਦੀ ਮੰਜ਼ਿਲ 'ਤੇ ਪਹੁੰਚਣ ਦੀ ਪਹਿਲੀ ਪੌੜੀ ਤਿਆਗ ਹੈ। ਤੁਹਾਨੂੰ ਕੇਵਲ ਤਿਆਗ ਹੀ ਕਰਨਾ ਪਏਗਾ, ਪਰ ਜਾਣਦੇ ਹੋ ਮੈਨੂੰ ਕੀ ਕਰਨਾ ਪਏਗਾ? ਜਾਣਦਾ, ਤੇਰਾ ਇਮਤਿਹਾਨ ਮੇਰੇ ਨਾਲੋਂ ਜ਼ਿਆਦਾ ਮੁਸ਼ਕਿਲ ਹੈ, ਤੈਨੂੰ ਬਲੀਦਾਨ ਕਰਨਾ ਪਏਗਾ। ਪ੍ਰਕਾਸ਼ ਮੇਰਾ ਦੋਸਤ ਹੈ, ਉਹਦੇ ਐਬਾਂ ਸਵਾਦਾਂ ਤੋਂ ਮੈਂ ਪਰਦਾ ਨਹੀਂ ਚੁੱਕ ਸਕਦਾ। ਮੇਰੀ ਕੀਮਤ ਸਮਝਣ ਲਈ ਕੁਦਰਤ ਨੇ ਤੁਹਾਡੀਆਂ ਅੱਖਾਂ ਹੀ ਬਣਾਈਆਂ ਨੇ, ਜਿਨ੍ਹਾਂ 'ਚ ਖੋਟੇ ਸਿੱਕੇ ਨੂੰ ਵੀ ਮੋਤੀ ਦੀ ਪਦਵੀ ਮਿਲ ਸਕਦੀ ਹੈ। ਖੈਰ ਛੱਡੋ ਇਹਨਾਂ ਗੱਲਾਂ ਨੂੰ, ਕਾਫੀ ਦੇਰ ਹੋ ਚੁੱਕੀ ਹੈ, ਮੈਂ ਵਾਪਸ ਮੁੜਨਾ ਹੈ। ਹੁਣ ਸੁਣੋ, ਜਿਸ ਸਮਝੌਤੇ ਦੇ ਤੌਰ 'ਤੇ ਮੈਂ ਅੱਜ ਤੁਹਾਡੇ ਕੋਲ ਮਾਤਾ ਜੀ ਦੀ ਇਜਾਜ਼ਤ ਲੈਣ ਆਈ ਹਾਂ, ਝਗੜਾ ਇਸ ਗੱਲੋਂ ਚੱਲਿਆ ਸੀ ਕਿ ਮਾਤਾ ਜੀ ਮੈਨੂੰ ਮਸੂਰੀ ਚੱਲਣ ਲਈ ਕਿਹਾ। ਉਹਨਾਂ ਦੱਸਿਆ ਕਿ ਪ੍ਰਕਾਸ਼ ਉੱਥੇ ਜਾ ਰਿਹਾ ਅਤੇ ਉਹਦੀ ਖਾਹਿਸ਼ ਹੈ ਕਿ ਇਮਤਿਹਾਨ ਤੋਂ ਬਾਅਦ ਅਸੀਂ ਦੋਵੇਂ ਉਹਦੇ ਨਾਲ ਹੀ ਚੱਲੀਏ ਅਤੇ ਉੱਥੇ ਵਿਆਹ ਦੀ ਰਸਮ ਅਦਾ ਕੀਤੀ ਜਾਏ। ਮੇਰੇ ਮੂੰਹ ਇਨਕਾਰ ਦਾ ਸੋਚਦਾ ਇਹ ਸ਼ਬਦ ਨਿਕਲਣ ਦੀ ਦੇਰ ਸੀ ਕਿ ਉਹਨਾਂ ਨੇ ਮਰਨ ਦੀ ਠਾਣ ਲਈ। ਕਿਸੇ ਤਰ੍ਹਾਂ ਮੈਂ ਉਹਨਾਂ ਨੂੰ ਸੰਭਾਲਿਆ, ਠੰਡਿਆ ਕੀਤਾ। ਮਸੂਰੀ ਜਾਣ ਦੀ ਵੀ ਮੈਂ ਹਾਮੀ ਭਰੀ, ਪਰ ਇਹਦੇ ਨਾਲ ਇੱਕ ਸ਼ਰਤ ਵੀ ਪੇਸ਼ ਕਰ ਦਿੱਤੀ। ਕੀ ਸੀ ਉਹ ਸ਼ਰਤ? ਮਦਨ ਨੇ ਉਚੇਚੇ ਗਾਂ ਨਾਲ ਉਸ ਵੱਲ ਤੱਕਦਿਆਂ ਪੁੱਛਿਆ। ਬਿਨਾਂ ਲੁੱਕ ਲੁਕਾ ਤੋਂ ਮੈਂ ਮਾਤਾ ਜੀ ਨੂੰ ਕਹਿ ਦਿੱਤਾ ਕਿ ਮੈਂ ਮਦਨ ਨੂੰ ਪਿਆਰ ਕਰ ਚੁੱਕੀ ਹਾਂ, ਹੋਰ ਕਿਸੇ ਲਈ ਹੁਣ ਮੇਰੇ ਦਿਲ 'ਚ ਕੋਈ ਥਾਂ ਨਹੀਂ, ਪਰ ਇੱਕ ਸ਼ਰਤ 'ਤੇ ਮੈਂ ਇਸ ਪਿਆਰ ਦਾ ਬਲੀਦਾਨ ਕਰ ਸਕਦੀ ਹਾਂ ਕਿ ਅੱਜ ਦੀ ਰਾਤ ਮੈਨੂੰ ਮਦਨ ਕੋਲ ਜਾਣ ਲਈ ਦਿੱਤਾ ਜਾਵੇ। ਜਿੰਨਾ ਚਿਰ 'ਤੇ ਜੋ ਵੀ ਗੱਲਾਂ ਮੈਂ ਮਦਨ ਨਾਲ ਕਰਨੀਆਂ ਚਾਹੁੰਦੀ ਹਾਂ, ਚਾਹਵਾਂ ਉਹਨਾਂ ਦਿਨਾਂ 'ਚ ਕੋਈ ਪਾਬੰਦੀ ਨਾ ਹੋਵੇ, ਤਾਂ ਕਿ ਉਹਨਾਂ ਇਹ ਸ਼ਰਤ ਮੰਨ ਲਈ। ਜੀ ਹਾਂ, ਉਹਨਾਂ ਮੰਨ ਲਈ, ਪਰ ਨਾਲੇ ਵੀ ਆਖ ਦਿੱਤਾ ਕਿ ਇਸ ਤੋਂ ਬਾਅਦ ਕਦੀ ਤੈਨੂੰ ਮਦਨ ਨਾਲ ਗੱਲ ਕਰਦਿਆਂ ਜਾਂ ਉਹਦੇ ਕੋਲ ਖਲੋਤਿਆਂ ਵੀ ਮੈਂ ਵੇਖ ਲਿਆ ਤਾਂ ਉਸ ਘੜੀ ਤੋਂ ਜਾਨ ਦੇ ਦਿਆਂਗੀ। ਸੋ ਮੇਰੀ ਪ੍ਰਾਰਥਨਾ ਹੈ ਕਿ ਉਰਵਸ਼ੀ ਜਿਸ ਹਵਨ ਕੁੰਡ 'ਚ ਪੈਣ ਤੋਂ ਪਹਿਲਾਂ ਅੱਜ ਤੁਹਾਡੇ ਕੋਲ ਆਈ ਹੈ, ਆਪਣੇ ਹੱਥੀਂ ਉਹਦੀ ਆਹੁਤੀ। ਬੋਲਦਿਆਂ ਬੋਲਦਿਆਂ ਉਰਵਸ਼ੀ ਦੀ ਆਵਾਜ਼ ਪਹਿਲਾਂ ਜ਼ਰਾ ਕੁ ਰੁਕੀ,
ਫਿਰ ਛੇਤੀ ਡੂੰਘੇ ਹਟਕੋਰਿਆਂ 'ਚ ਬਦਲ ਗਈ। ਉਹਨੇ ਆਪਣਾ ਆਪ ਮਦਨ ਦੇ ਸਰੀਰ 'ਤੇ ਸੁੱਟ ਦਿੱਤਾ। ਇੱਕ ਮਿੰਟ, ਦੋ ਮਿੰਟ, ਚਾਰ ਬਾਹਾਂ ਦੋਵਾਂ ਗਲਿਆਂ ਦਾ ਹਾਰ ਬਣੀਆਂ ਆ ਰਹੀਆਂ। ਜਦ ਇਹ ਖੁੱਲੀਆਂ ਤਾਂ ਮਦਨ ਦੇ ਮੂੰਹੋਂ ਰੁਕਦਿਆਂ ਰੁਕਦਿਆਂ ਟੁੱਟੀ ਫੁੱਟੀ ਆਵਾਜ਼ 'ਚ ਸਿਰਫ ਇੰਨਾ ਹੀ ਨਿਕਲ ਸਕਿਆ, ਉਰਵਸ਼ੀ। ਰੋ ਕੇ ਕੀਤੇ ਹੋਏ ਬਲੀਦਾਨ ਨੂੰ ਦੇਵਤੇ ਨਹੀਂ ਕਬੂਲਦੇ ਹੁੰਦੇ, ਇਹ ਹੱਸ ਕੇ ਦੇਣਾ ਬਣਦਾ। ਹੱਸ ਉਰਵਸ਼ੀ, ਇੱਕ ਵਾਰੀ, ਸਿਰਫ ਇੱਕ ਵਾਰੀ, ਸਿਰਫ ਇੱਕ ਹੀ ਵਾਰੀ। ਹੱਸਦੀ 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 ਅਤੇ ਮਦਨ ਗੱਲ ਪੂਰੀ ਨਹੀਂ ਕਰ ਸਕਿਆ। ਉਰਵਸ਼ੀ ਨੇ ਉਹਦੀ ਆਗਿਆ ਦਾ ਪਾਲਣ ਕੀਤਾ। ਉਹਨੇ ਹੱਸਣਾ ਸ਼ੁਰੂ ਕੀਤਾ ਇੰਨੇ ਜ਼ੋਰ ਨਾਲ ਅਤੇ ਇੰਨੇ ਭਿਆਨਕ ਰੂਪ ਵਿੱਚ ਕਿ ਮਦਨ ਨੇ ਡਰ ਤੋਂ ਅੱਖਾਂ ਮਿਟ ਲਈਆਂ ਅਤੇ ਆਪਣਾ ਮੂੰਹ ਉਹਦੇ ਦੋਵਾਂ ਹੱਥਾਂ ਵਿੱਚ ਕੱਜ ਲਿਆ। ਉਰਵਸ਼ੀ ਨੇ ਉਰਵਸ਼ੀ ਦੀ ਮੌਤ ਹੱਸ ਰਹੀ ਸੀ ਅਤੇ ਜਦ ਮੂੰਹ ਅੱਗੋਂ ਹੱਥ ਹਟਾ ਕੇ ਅੱਖਾਂ ਖੋਲੀਆਂ ਤਾਂ ਜਾਂਦੀ ਹੋਈ ਉਰਵਸ਼ੀ ਦੀ ਪਿੱਠ ਉਹਦੇ ਉਹਨੂੰ ਦਿਖਾਈ ਦਿੱਤੀ। ਉਸ ਤੋਂ ਬਾਅਦ ਖਾਲੀ ਥਾਂ ਅਤੇ ਕਮਰਾ, ਭਾਂ ਭਾਂ ਕਰਦਾ ਕਮਰਾ। ਉਹਨੇ ਫਿਰ ਮੂੰਹ ਕੱਜ ਲਿਆ, ਉਰਵਸ਼ੀ ਨੂੰ ਉਹ ਨਹੀਂ ਰੋਕ ਸਕਿਆ। ਧੰਨਵਾਦ।